ਹੱਥ ਖੜਾ ਕਰੋ ਵੀ ਜਿਹੜੀਆਂ ਮੇਰੇ ਨਾਲ ਲੁਕਣਗੀਆਂ ਦੋ ਬੀਬੀਆਂ ਮਾਨ ਸਕਣੀ ਦੀਆਂ ਸਕੀਆਂ ਭੈਣਾਂ ਨੇ ਹੱਥ ਖੜੇ ਕਰਤੇ, ਕਹਿੰਦੀਆਂ ਬਾਬਾ ਜੀ ਅਸੀਂ ਲੁਕਾਂਗੇ ਤੁਹਾਡੇ ਨਾਲ ਗੁਫਾ 'ਚ। ਬਾਬਾ ਜੀ ਉਹਨਾਂ ਨਾਲ ਲੁਕ ਗਏ ਗੁਫਾ 'ਚ, ਤਿੰਨ ਘੰਟੇ ਸੰਗਤ ਨੂੰ ਤਾਂ ਚਾਚੀ ਥੇ ਹੀ ਨਹੀਂ ਹੈਗੇ, ਚੌਂਕੇ ਕਿੱਥੋਂ ਏਡੇ ਮਹਾਂਪੁਰਸ਼ ਹਨ ਭਾਈ, ਭਾਲੀ ਗਏ ਹੱਬ ਕੇ ਬਹਿ ਗਏ ਸ਼ੇਕਰ ਨੂੰ। ਚੌਥੇ ਘੰਟੇ ਕੇਨੂ ਵਾਲੇ ਬਾਗ ਚੋਂ ਉੱਥੇ ਆਏ ਬਾਬਾ ਜੀ। ਏਕ ਰੂਪ ਅਨੇਕ ਸਰੂਪ, ਹਰੇਕ ਰੂਪ ਮੇਂ ਤੇਰਾ ਹੀ ਰੂਪ। ਆ ਮੰਮੀ ਜੀ ਚਾਹ ਪੀ ਲਓ। ਏਕ ਰੂਪ ਅਨੇਕ ਸਰੂਪ, ਹਰੇਕ ਰੂਪ ਮੇਂ ਤੇਰਾ ਹੀ ਰੂਪ। ਆ ਕੋਈ ਮੱਖੀ ਮੁੱਖੀ ਪੈ ਜੂਗੀ ਮੰਮੀ ਜੀ, ਚਾਹ ਪੀ ਲਓ ਪਹਿਲਾਂ। ਕੁੜੇ ਤੇਰਾ ਬਾਪ ਕਿੱਥੇ ਗਿਆ? ਅੰਦਰੇ ਤਾਂ ਹੈਗਾ ਮੰਮੀ। ਜਪਨਾ ਅੰਗ ਸੰਗ ਚਾਹ ਲਿਆ ਦੇ ਕੁੜੇ ਆਪਣੇ ਬਾਪ ਨੂੰ ਵੀ। ਤਾਂ ਫੇ ਦਾਰੂ ਪਾ ਲਈ ਹੈ? ਦਾਰੂ ਤਾਂ ਫੇ ਪਾ ਲਈ ਸਿੱਧੇ ਕੰਮ ਕੋ ਕਰ ਲਾ। ਲੋਕਾਂ ਨੂੰ ਇੰਨੇ ਨਾਮ ਨਿਕਲਦੇ, ਲੋਕੀ ਤਾਂ ਢੋਲ ਨਾ ਲਿਆਉਂਦੇ ਆ, ਨਾ ਅਸੀਂ ਲੋਕਾਂ ਨੂੰ ਦੱਸੀਏ ਬਿਨਾ ਨਾ ਲਿਆਂਦਾ ਕਾਹਤੇ ਨੀ ਗਿਆ ਤੀ। ਛੋਟਾ ਦਿੰਦੇ ਦੀ ਛੋਟਾ ਸਾਡੇ ਕੋਲ ਤਾਂ 6 ਫੁੱਟ ਹੈ। ਮੁੰਡਾ ਕਹਿੰਦਾ ਕਹਿੰਦਾ ਬਾਪੇ ਜੇ ਲੈਣੀਆਂ, ਕਹਿੰਦਾ ਫਿਰ 8 ਫੁੱਟਾਂ ਲੈ ਕੇ, 8 ਫੁੱਟਾਂ ਕਹਿੰਦੇ ਭਰਪੂਰ ਸਾਹਿਬ ਕਹਿੰਦੇ 5-4 ਦਿਨ ਦਾ ਦੇ ਦਾਂਗੇ ਤੈਨੂੰ। ਕਦੋਂ ਦੇਣਗੇ? 5-4 ਦਿਨ ਕ ਦੇ ਦੇਣਗੇ। ਹਾਲੇ ਕਾਚ ਕੱਪੜਾ ਇੰਨੇ ਅੰਗੂਠੇ ਇਕੱਠੇ ਲਵਾਏ ਨੇ, ਹਾਲੇ ਮੇਰੇ ਤਾਂ ਉਹਨਾਂ ਨੇ ਸੁਸਾਇਟੀ ਵਾਲੇ ਨੇ ਸਰਕਾਰੀ ਕੰਮ ਆਉਂਦੇ ਨੇ ਉਹੀ ਹੋ ਜਾਂਦੇ ਨੇ ਕਿਤੇ। ਪਤਾ ਨੀ ਕਿੰਨੇ ਕੁ ਕਾਗਜ਼ ਭਰਾਉਣੇ ਆ। ਨਾਲੇ ਰੰਗਰੀ ਬਸੰਤੀ ਰੰਗ ਭੈਣਦੇ ਨੇ ਸੰਗਤ ਰੰਗਾ ਜਾ ਜੀ। ਫਿਰ ਕੀ ਮੈਂ ਮੈਨੂੰ ਤਾਂ ਹਰਾ ਰੰਗ ਦਿਓ ਭਾਈ ਕਿਸਾਨਾਂ ਵਾਲਾ ਸਾਡਾ। ਚਾਹੇ ਰੰਗ ਲਿਆਈ ਹਰਾ, ਚਾਹੇ ਲਿਆਈ ਸੰਤਰੀ, ਚਾਹੇ ਨੀਲਾ, ਚਾਹੇ ਪੀਲਾ, ਬਸ ਮੇਰੇ ਸਤਿਗੁਰ ਨਰਾਲੇ ਬਾਬੇ ਦਾ ਨਾਰਾ ਜ਼ਰੂਰ ਲਿਖਾ ਲਈ ਜਪਨਾ। ਆਪਣਾ ਨਾਰਾ ਕਾਹਨੂੰ ਲਿਖਾਉਂਦਾ ਚਾਚੀ? ਇਹ ਤਾਂ ਜੇ ਲਿਖਿਆ ਕੇ ਵੀ ਲਿਆ ਬਗਾਨਾ ਨਾਰਾ ਲਿਖਿਆ ਕੇ ਲਿਆਊ। ਉਹ ਆ ਗਿਆ ਟੋਬੇ ਦਾ ਗਬਾ ਡੱਡੂ। ਜਪਨਾਮ ਚਾਚੀ, ਜਪਨਾਮ ਬਗੜਾ। ਤੈਨੂੰ ਕੰਮ ਹੈ ਕੋਈ ਨਾ? ਇਹਨੂੰ ਮੇਰੇ ਸਿਰ ਮਲੰਗ ਨੂੰ ਕੰਮ ਹੈ ਕੋਈ? ਠੀਕ ਆ ਚਾਚੀ, ਠੀਕ ਆ, ਬਹਿ ਜਾ। ਠੀਕ ਨੂੰ ਮੇਰੇ ਸਿਰ ਪਲੇਗ ਪਈ ਹੈ ਇਹਨੂੰ। ਫਲੇਗ ਨਿਕਲੇ ਸਾਡੇ ਦਸ਼ਮਣਾਂ ਨੂੰ, ਇਹਨੂੰ ਕਰਨ ਨਿਕਲੇ ਚਾਚੀ ਮੈਨੂੰ ਤਾਂ 24 ਘੰਟੇ ਮੈਂ ਤਾਂ ਗੁੱਸੇ ਕਰਨੋਂ ਹਟ ਗਿਆ, ਮਾਹ ਮੇਰੇ ਪਿਓ ਵਰਗਾ ਚਾ। ਉਹ ਲੈ ਤਾਂ ਚੱਲ, ਵਧਾਈਆਂ ਚਾਚੀ ਤੈਨੂੰ ਰੋਡਾ ਫਿੱਟਰ ਦੀਆਂ ਪਹਿਲਾਂ ਤਾਂ। ਸਵਾ ਵਧਾਈਆਂ ਭਾਈ, ਵਾਦਾ ਕਰੇ ਤੁਹਾਨੂੰ ਹੈ, ਹੋਰ ਰੱਬ ਤੈਨੂੰ ਵੀ ਵਧਾਵੇ ਨਰਾਲਾ ਬਾਬਾ ਸਤਿਗੁਰ। ਬਾਈ ਚਾਹ ਲਿਆ ਦੋ। ਮੈਨੂੰ ਬੱਬੂ ਮਿਲਿਆ ਦੀ ਨਾ, ਚਾਹ ਤਾਂ ਰਹਿਣ ਦੇ ਬਾਈ, ਮੈਂ ਕਈ ਘਰਾਂ ਦੇ ਵੀ ਆਇਆ, ਮੈਂ ਤਾਂ ਪਰਚੀਆਂ ਹੀ ਕੱਢਦਾ ਫਿਰਦਾ ਦੀ ਅੱਜ। ਭੈਣ ਦਾ ਖਸਮ ਦੇ ਕਾਹਨੂੰ ਜ਼ਬਾਨ ਟਿਕਦੀਆਂ ਮੇਰੇ ਸਾਰੀ ਲੋਕਰੋ ਸਾਰੇ ਪਿੰਡ ਦੇ ਕਾਹਨ। ਚੱਲ ਵਧੀਆ ਭਾਈ, ਬਈ ਦੇਖ ਲਾ ਸਤਿਗੁਰ ਨਰਾਲੇ ਬਾਬੇ ਨੇ 51,000 ਦੇ ਬਸਤਰ ਲਿਆ ਕੇ ਰੱਖੇ ਸੀ, ਚੱਕ ਕੇ ਮੰਗਤੇ ਨੂੰ ਫੜਾਤੇ ਨੇ ਚੌਰੇ ਨੇ, ਤੇ ਉਹਨੇ ਬਾਬੇ ਨੇ ਇਹਨੂੰ ਰੋਡਾ ਫਿੱਟਰ ਦੇ ਦਿੱਤਾ। ਉਹ ਤਾਂ ਫੇਰ ਵੀ ਨਹੀਂ ਮਾੜੀ ਕਰਦਾ ਚਾਚੀ ਕਿਸੇ, ਉਹਨੇ ਮਾੜੀ ਕਰਨੀ ਨਹੀਂ। ਨਾ 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 ਨਾ, ਇਹ ਜਿੰਨਾ ਮਰਜ਼ੀ ਭੰਕੀ ਜਾਵੇ ਗਾਲਾਂ ਥੋੜੀਆਂ ਕੱਢਦਾ। ਹਾਂ ਇਹ ਤਾਂ ਰਾਤ ਨੂੰ ਮੂਤ ਪੀ ਕੇ ਤਾਂ ਜ਼ਿਆਦੇ ਬੋਲਦਾ। ਉਹ ਤਾਂ ਬੱਬੂ ਕਹਿੰਦਾ ਸੀ, ਕਹਿੰਦਾ ਟਰੈਕਟਰ ਵੀ ਲਿਆਵਾਂਗੇ ਆਪਾਂ, ਵਧੀਆ ਸਮਾਂ ਬਣਦਾ। ਇਹ ਖਾਸ ਵਧੀਆ ਮੂਤ ਸੁੱਟ ਲਈ ਪੀਂਦੇ ਨੇ ਲੋਕ ਲੋਕ ਕੇ ਸਾਰੇ, ਕਿਹੜਾ ਨਹੀਂ ਪੀਂਦਾ ਹੈਗਾ, ਤੀਵੀਂ ਬਾਜੀ ਇਹ ਕਰਦੇ ਨੇ, ਆਪੀ ਬੋਲ ਨਸ਼ੇ ਭਾਗ ਬਦਲੇ ਇਹ ਕਰਦੇ ਨੇ ਹੈ।
ਜੇ ਕੋਈ ਬੰਦਾ ਦੋ ਘੜੀ ਘਰੇ ਬਹਿ ਗਿਆ ਤਾਂ ਦੋ ਪੇਗੜੀਆਂ ਲਾ ਕੇ ਪੈ ਜਾਂਦਾ, ਹੁਣ ਤੁਸੀਂ ਮਾੜਾ ਗਿਣੀ ਜਾਂਦੇ ਹੋ। ਸਾਰੀ ਰਾਤ ਭੌਂਕ ਦਿੱਤਾ ਨੀ ਤੇਰੇ ਵਾਂਗੂ ਮੁੱਠ ਪੀ ਕੇ, ਮਾਗਰੀ ਪੈ ਰਹੇ ਨੇ ਸਾਰੇ ਲੋਕ ਜਿਹੜੇ ਪੀਂਦੇ ਨੇ ਚੁੱਪ ਕਰਕੇ ਪੈ ਜਾਂਦੇ ਨੇ, ਆਪਣੇ ਤਾਂ ਆਪਦੇ ਮਾਗਰ ਪੈ ਰਹੇ ਨੇ। ਹੈ ਇਹਨੇ ਨਹੀਂ ਭਰਾਵਾ ਹਟਣਾ, ਆਪਣੇ ਵਾਲਾ ਪ੍ਰਧਾਨ ਲਾ ਲੈ, ਉਹ ਮੇਰੇ ਇਹੋ ਜਿਹਾ ਮਾਗਰ ਪਿਆ, ਉਹ ਮੇਰੀਆਂ ਜੜਾਂ 'ਚ ਬੈਠਾ। ਅੱਛਾ ਤੂੰ ਪਰਚੀਆਂ ਕਾਹਦੀਆਂ ਕੱਟਦਾ ਇਹ ਤਾਂ ਦੱਸ ਦੇ, ਮੈਨੂੰ ਦੱਸਿਆ ਹੀ ਨਹੀਂ। ਪਰਚੀਆਂ ਦਾ ਚਾਚੀ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ, ਸੁਨਾਮ ਫਿਲਮੇ 'ਚ ਲੱਗਣੀ ਹੈ ਫਿਲਮ ਬਾਬਾ ਜੀ ਦੀ। ਅੱਛਾ ਉੱਥੇ ਆਪਣਾ ਜਿਹੜੇ ਛੋਲਿਆਂ ਤੇ ਕੜਾਹ ਦਾ ਲੰਗਰ ਲਾਉਣ ਨੂੰ ਫਿਰਦੇ ਆ ਸੂਜੀ ਦੇ ਦਾਸ। ਅੱਛਾ ਚਲੋ ਭਾਈ, ਉਹਦੇ ਵਾਸਤੇ ਪਰਚੀਆਂ ਕੱਟਿਆ ਮੈਂ, ਕੁਛ ਤਾਂ ਕੁਛ ਇਦੂ ਬਾਅਦ ਕਣਕ ਵਾਲ ਜਾਊਂਗਾ ਉੱਥੇ ਕੱਟ ਕੇ ਆਊਂਗਾ। ਉਹ ਪ੍ਰਧਾਨ ਦੇਖ ਜੜਾਂ 'ਚ ਬੈਠਾ, ਉਹ ਕੀ ਕਹਿੰਦਾ ਆ ਲੰਗਰ ਮੈਂ ਤਾਂ ਕਿੱਦਾਂ ਦੀ ਸਲਾਹ ਕਰੀ ਆ, ਨਾ ਆਪ ਕੱਲ ਲਿਆ ਕੇ ਉੱਥੇ ਛੋਲੇ ਪੂਰੀਆਂ ਦਾ ਲੰਗਰ ਲਾ ਦਾ ਧਰਨਾ ਕਾਹਨੂੰ ਚਾਚਾ, ਫਿਲਮ ਲੱਗੂਗੀ ਉੱਥੇ ਬਾਬਾ ਜੀ ਦੀ। ਢਾਲ ਤਾਂ ਨੀ ਦਿੰਦੇ ਜਿੰਨੇ ਜੋਗੇ ਹੈਗੇ ਆ, ਪੰਜ ਸੱਤ ਸੱਤ ਤੈਨੂੰ ਮੈਂ ਜ਼ਰੂਰ ਦੇ ਕੱਠ ਤਾਂ ਉਹਦੇ ਫਿਲਮ ਲੱਗੂ। ਅਸਲ ਦਾ ਚਾਚੀ ਮੈਨੂੰ ਲੱਗਦਾ ਫਿਲਮ ਕਿਹੜੀ ਲੱਗਣ ਦੇਣਗੇ, ਫਿਲਮ ਲੱਗਣੀ ਨਹੀਂ। ਕਿਉਂ ਵਿਰੋਧ ਕਰਦੇ ਲੋਕ? ਵਿਰੋਧ ਲੈ, ਵਿਰੋਧ ਕੌਣ ਕਰੂ ਚਾਚੀ, ਵਿਰੋਧਾਂ ਨਾਲ ਹੁਣ ਕੀ ਫਰਕ ਪੈਂਦਾ, ਉਹ ਤਾਂ ਰੋਜ਼ ਵਿਰੋਧ ਹੁੰਦਾ। ਹਾਂ ਉਹ ਤਾਂ ਫੋਰਸ ਨਹੀਂ ਹੈਗੀ ਆਪਣੇ ਪ੍ਰਸ਼ਾਸਨ ਕੋਲੇ ਇੰਨੀ। ਅੱਛਾ ਜੇ ਫਿਲਮ ਲਾਉਣੀ ਹੈ ਚਾਰ ਜ਼ਿਲ੍ਹਿਆਂ ਦੀ ਪੁਲਿਸ ਚਾਹੀਦੀ ਹੈ ਚਾਚੀ, ਉੱਥੇ ਮਾਨਸਾ, ਬਰਨਾਲਾ, ਸੰਗਰੂਰ ਅਤੇ ਆਪਣਾ ਆਹ ਪਟਿਆਲਾ। ਲਿਖਣੀ ਪੈਂਦੀ ਹੈ, ਬਾਬਾ ਜੀ ਲਿਖਦੇ ਵੀ ਆਪ ਨੇ। ਅੱਛਾ ਫਿਰ ਉਹ ਮੁੰਡਾ ਉੱਥੇ ਟੈਲੀਵਿਜ਼ਨ ਜਾਂ ਦੇਖਦਾ ਹੁੰਦਾ ਬੈਠਾ, ਡਾਇਰੈਕਟਰ, ਡਾਇਰੈਕਟਰ ਵੀ ਬਾਬਾ ਜੀ ਆਪ ਨੇ, ਠੀਕ ਹੈ, ਸਾਰਾ ਕੁਛ ਬਾਬਾ ਜੀ ਆਪ ਹੀ ਕਰਦੇ ਨੇ, ਐਨੇ ਗੁਣ ਨਿਰਾਲੇ ਬਾਬੇ ਵਿੱਚ। ਹਾਂ ਬਾਬਾ ਜੀ ਗਾਉਂਦੇ ਆ ਆਪਣੇ ਫਿਲਮ 'ਚ, ਆਪਣੇ ਵਜਾਉਂਦੇ ਆ ਆਪਣੇ, ਵਜਾਉਂਦੇ ਤਾਂ ਬਾਬਾ ਜੀ ਇਹੋ ਜਿਹਾ ਨੇ, ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਨਿਕਲਦੀਆਂ ਨੇ ਜਦੋਂ ਬਾਬਾ ਜੀ ਵਜਾਉਂਦੇ ਨੇ, ਬਾਜਾ ਵਜਾ ਲੈਂਦੇ ਨੇ, ਜੁੱਤੀ ਮਾਰੂ ਕੱਢ ਕੇ ਕੰਜਰ ਦਾ ਸਾਡੀ ਨੂੰਹ ਫਿਰਦੇ, ਤੁਸੀਂ ਤੂੰ ਚਾਵਲਾ ਮਰੀ ਜਾਂਦੇ, ਵਜਾਉਣਾ ਕੀ ਹੁੰਦਾ, ਸਾਜ਼ ਸਾਰੇ ਵਜਾ ਲੈਂਦੇ ਨੇ ਬਾਬਾ ਜੀ ਆਪ ਬਣਿਆ ਠੁੱਕਦਾ ਨਾਲੇ ਹੋਰ ਕੰਟਰੋਲ ਤੂੰ ਰੱਖਦਾ, ਮਾਮਾ ਰੱਖਦੀਆਂ ਹੁੰਦੀਆਂ ਧੀਆਂ ਤੇ, ਪਿਓ ਰੱਖਦੇ ਹੁੰਦੇ ਪੁੱਤ ਤੇ, ਤੂੰ ਰੱਖਦਾ ਕੰਟਰੋਲ? ਮੈਂ ਤਾਂ ਆਪਣੀਆਂ ਧੀਆਂ ਕੰਟਰੋਲ ਰੱਖ ਕੇ ਆਪਣੇ ਉਹਦੇ ਪੇਕੀ ਤੋਰਤੀਆਂ, ਸੋਰੀ ਤੋਰਤੀਆਂ, ਤੂੰ ਰੱਖਦਾ ਉਹਨੂੰ ਕੰਟਰੋਲ ਤੇ? ਤੇਰੇ ਤੇ ਕੰਟਰੋਲ ਨਹੀਂ ਰੱਖਿਆ ਤੇਰੀ ਮਾਂ ਨੇ, ਹੈ ਮੇਰੇ ਤੇ ਤੂੰ ਰੱਖ ਲਿਆ, ਮੈਂ ਆਪਣੀਆਂ ਧੀਆਂ ਸੋਰੀ ਤੋਰੀਆਂ ਕਿ ਨਹੀਂ? ਓਏ ਹਵਾ ਵੱਲ ਨੂੰ ਨਹੀਂ ਦੇਖਿਆ ਮੇਰੀਆਂ ਧੀਆਂ ਦੇ? ਇੰਨੇ ਕਹਿੰਦੇ ਇੰਨੇ ਕੱਟੜਤਾ ਉਹ ਕਾਮਯਾਬ ਨਹੀਂ ਹੁੰਦੇ, ਉਹ ਵੀ ਰੱਬ ਨੂੰ ਮੰਨ ਲੈਂਦੇ ਵੀ ਰੱਬ ਹੈਗਾ ਕਿਤੇ ਨਾ ਕਿਤੇ। ਹਾਂ ਜਿੰਨੀ ਤੂੰ ਹੋਈ ਹੋਈ ਹੈ, ਕੋਈ ਨਹੀਂ ਕੱਟੜ ਹੋ ਕੇ ਸਰਿਆ, ਤੈਨੂੰ ਮੈਨੂੰ ਕਹਿਣਾ ਮੇਰਾ ਤਾਂ ਭਾਈ ਪੁੱਤ ਹੈ, ਮੈਂ ਕੀ ਕਹਾ? ਸਾਰਾ ਪਿੰਡ ਦੇਖਦਾ ਦੀ ਸਭ ਜਾਣਦਾ ਮੈਂ ਕਰਤੂਤਾਂ ਤਿੰਨੇ ਭੈਣਾਂ ਦੀਆਂ, ਉਹ ਆ ਜਾ ਓਏ ਫੇਰ ਚੱਲ ਕੀ ਆਉਣਾ ਚਾਚਾ ਮੈਂ।
ਗੱਲ ਕਿਹੜੀ ਆ ਵੇਖ ਲਾ ਬੱਗੜਾ ਬੱਗੜਾ ਕਰਦਾ ਇਹਦਾ ਗੱਲ ਦਿਮਾਗ ਕੰਮ ਇਹ ਵੇਖ ਲਾ ਮੈਂ ਆਪਣੀਆਂ ਧੀਆਂ ਦੀ ਗੱਲ ਕਰਦੀ ਆ ਇਹ ਮੇਰੀਆਂ ਭੈਣਾਂ ਤੇ ਵਗ ਗਿਆ ਵਗ ਨੀ ਗਿਆ ਮੇਰੀਆਂ ਭੈਣਾਂ ਤੇ ਮੇਰੀਆਂ ਭੈਣਾਂ ਦੀਆਂ ਤੇਰੀਆਂ ਭੈਣਾਂ ਕੀ ਰੀਸ ਕਰ ਲਉਂਗੀਆਂ ਨਾਲੇ ਤੇਰੀ ਭਰਜਾਈ ਰਾਜਗੁੰਡੀ ਕੀ ਰੀਸ ਕਰ ਲਉਂਗੀ ਮੇਰੀ ਜਿਹਦੇ ਹੁਣ ਵੀ ਅੱਗੇ ਪਿੱਛੇ ਫਿਰਦਾ ਡੇਰੇ ਚੋਂ ਭੇਜਿਆ ਜੱਸੀ ਨੇ ਬਾਬਾ ਜੀ ਦੇ ਹੱਥ ਲਵਾ ਕੇ ਐਨ ਮੈਨੂੰ ਤਾਂ ਚਲਾਉਣਾ ਵੀ ਨੀ ਆਉਂਦਾ ਮੇਰੀ ਗੱਲ ਤਾਂ ਸੁਣ ਲਓ ਮੈਂ ਤੈਨੂੰ ਕੀ ਕਹੀ ਨਾ ਮੈਂ ਤੈਨੂੰ ਐਂ ਕਹੀ ਜਾਂਦਾ ਮੈਂ ਤੂੰ ਖੇਤ ਆ ਜੀ ਉੱਥੇ ਮੇਰੇ ਕੋਲ ਵੀ ਫੋਨ ਹੈਗਾ ਆ ਟਿਚ ਵਾਲਾ ਓਹਦੇ ਤੇ ਭਰਦੇ ਭਜਨ ਊ ਤਾਂ ਮੈਂ ਕੱਢ ਲੈਂਦੀ ਹੁੰਦੀ ਥੋੜੇ ਬਹੁਤੇ ਪਰ ਫੇਰ ਵੀ ਬੋਲ ਕੇ ਕੱਢਣੇ ਆਉਂਦੇ ਆ ਮੈਨੂੰ ਮੈਂ ਉੱਪਰ ਯੂਟਿਊਬ ਤੇ ਜਾ ਕੇ ਹੈ ਨਾ ਮੈਂ ਕਹਿ ਦਿੰਦੀ ਹੁੰਦੀ ਆ ਵੀ ਨਰਾਲੇ ਬਾਬੇ ਦੇ ਭਜਨ ਬਸ ਉਹ ਨਿਕਲ ਜਾਂਦੇ ਆ ਅੱਛਾ ਬਾਬਾ ਜੀ ਦੇ ਹੱਥ ਲੱਗੇ ਹੋਏ ਨੇ ਕਿਹੜਾ ਹਿੱਲੂ ਵੀ ਕਹੇ ਤਾਂ ਬਾਬਾ ਜੀ ਨੇ ਇਹਦੇ ਉੱਤੇ ਹੈ ਆ ਗਿਆ ਚਾਚਾ ਮੇਰੇ ਕਿਤੇ ਗੱਲ ਕਰਦੇ ਚੱਲ ਫੇਰ ਮਾਰ ਲੈ ਗੇੜਾ ਜਾਂ ਸੁਣ ਲੈ ਗੱਲ ਅੱਛਾ ਜਪ ਨਾਮ ਪੈਰੀ ਹੱਥ ਨਾ ਲਾਇਆ ਕਰ ਨਾਰਾ ਹੀ ਬੁਲਾਇਆ ਕਰ ਜਪ ਨਾਮ ਭਾਈ ਜਿਉਂਦਾ ਵੱਸਦਾ ਰਹਿ ਬਾਬੇ ਦੀਆਂ ਚਾਰ ਗੱਲਾਂ ਕਰ ਜਾਂਦਾ ਨਹੀਂ ਇਹ ਕੋੜੀ ਇਹ ਤਾਂ 24 ਘੰਟੇ ਗਾਲਾਂ ਹੀ ਦੇਈ ਜਾਂਦਾ ਮੈਨੂੰ ਕੀ ਸਾਬਿਤ ਕਰਨਾ ਚਾਹੁੰਦਾ ਹੁਣ ਤੂੰ ਮੈਨੂੰ ਇੱਥੇ ਬਿਠਾ ਕੇ ਯਾਰ ਸਾਬ ਤਾਂ ਕੁਛ ਨਹੀਂ ਕਰਨਾ ਮੈਂ ਤੂੰ ਸਭ ਕਿਤੋਂ ਬਲੌਕ ਕਿਉਂ ਕੀਤਾ ਮੈਨੂੰ ਜਦੋਂ ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੀ ਤਾਂ ਬਲੌਕ ਕੀਤਾ ਤੈਨੂੰ ਜੇ ਤੈਨੂੰ ਮੈਂ ਸਾਰੇ ਪਾਸਿਓਂ ਬਲੌਕ ਕਰਤਾ ਤੂੰ ਮੇਰੇ ਮੰਮੀ ਦੇ ਫੋਨ ਤੇ ਫੋਨ ਲਾਈ ਜਾਣਾ ਹੋਰ ਮੈਂ ਕੀ ਕਰਾਂ ਯਾਰ ਫਿਰ ਫੋਨ ਤਾਂ ਕਰੂੰ ਵਾਲਾ ਫੋਨ ਵੀ ਛੱਡ ਤੂੰ ਮੇਰੇ ਤਾਏ ਦਾ ਗੂਗਲ ਪੇ ਵੀ ਨਹੀਂ ਛੱਡਿਆ ਉਹਦੇ ਤੇ ਮੈਸੇਜ ਕਰੀ ਜਾਣਾ ਉਹ ਵਿਚਾਰੇ ਭਗਤ ਬੰਦੇ ਨੂੰ ਕੀ ਪਤਾ ਉਹ ਫੋਨ ਲੈ ਕੇ ਮੇਰੇ ਆਲੇ ਦੁਆਲੇ ਫਿਰਦਾ ਮਨਪ੍ਰੀਤ ਪੁੱਤ ਦੇਖੀ ਕਿਸੇ ਨੇ ਪੈਸੇ ਪਾਤੇ ਹੋਰ ਕੀ ਕਰਾਂ ਫਿਰ ਮੈਂ ਤੈਨੂੰ ਕਿਤੇ ਤਾਂ ਮੈਸੇਜ ਕਰੂੰਗਾ ਯਾਰ ਯਾਰ ਕੀ ਕਰੇਗਾ ਤੂੰ ਮੈਸੇਜ ਕਰਕੇ ਜਦੋਂ ਮੈਂ ਨਹੀਂ ਗੱਲ ਕਰਨੀ ਤੇਰੇ ਨਾਲ ਕਿਉਂ ਨਹੀਂ ਕਰਨੀ ਮੈਂ ਅੱਜ ਸੌਰੀ ਫੀਲ ਕਰਨਾ ਯਾਰ ਤੈਨੂੰ ਤਾਂ ਹੀ ਬੁਲਾਇਆ ਉਰੇ ਸੌਰੀ ਫੀਲ ਕਰਨ ਦਾ ਫਾਇਦਾ ਨਾ ਤਾਂ ਹੁੰਦਾ ਜੇ ਬੰਦੇ ਨੇ ਸੁਧਰਨਾ ਹੋਵੇ ਤੂੰ ਤਾਂ ਸੁਧਰਨਾ ਹੀ ਨਹੀਂ ਯਾਰ ਆਹੀ ਗੱਲਾਂ ਤੇਰੀਆਂ ਨਾ ਕਿੱਥੇ ਆ ਹੁਣ ਤੇਰੀਆਂ ਉਹ ਚੁੰਹੀਆਂ ਮੁਹੀਆਂ ਜਿਹੀਆਂ ਲੈ ਕੇ ਆ ਉਹਨਾਂ ਨੂੰ ਖਵਾਇਆ ਕਰਾਂ ਸੈਂਡਵਿਚ ਕੋਕਾ ਕੋਲਾ ਪਿਆਇਆ ਕਰ ਉਹਨਾਂ ਨੂੰ ਲੈ ਕੇ ਆਇਆ ਕਰ ਰੈਸਟੋਰੈਂਟ 'ਚ ਵੱਡੇ ਵੱਡੇ ਕੌਣ ਚੁੰਹੀਆਂ ਮੁਹੀਆਂ ਤੂੰ ਤਾਂ ਉਹਨਾਂ ਤੇ ਜਾ ਚੜਿਆ ਕਰ ਯਾਰ ਤੂੰ ਹੋ ਗਈ ਸ਼ੇਰ ਮੂੰਹ ਵਾਲੀ ਵੱਡੀ ਜੇ ਸ਼ੇਰ ਮੂੰਹ ਵਾਲੀ ਪਰਖਦਾ ਨਾ ਤਾਂ ਜਿਗਰਾ ਵੀ ਮੇਰਾ ਸ਼ੇਰਾਂ ਵਾਲਾ ਹੀ ਆ ਯਾਰ ਐਂ ਤਾਂ ਜਿੰਨੀ ਮਰਜ਼ੀ ਬਹਿਸ ਕਰ ਲਓ ਉਨੀ ਵਧੀ ਜਾਣੀ ਹੈ ਉਹ ਤਾਂ ਵਧੂਗੀ ਜਦੋਂ ਟਕਾਉਣ ਦਾ ਨਾਮ ਹੀ ਨਹੀਂ ਲੈਂਦਾ ਬਹਿਸ ਨੂੰ ਤੂੰ ਸੁਧਰਦਾ ਹੀ ਨਹੀਂ ਸਲੋ ਬੋਲਦਾ ਕਹਦੇ ਹੁੰਦੇ ਆ ਅਖੇ ਕੁੱਤੇ ਦੀ ਪੂਛ ਨਾ ਸ਼ਾਇਦ ਸਿੱਧੀ ਹੋ ਜਾਏ ਪਰ ਹਰਮਨ ਤੂੰ ਸਿੱਧਾ ਨਹੀਂ ਹੋ ਸਕਦਾ ਸੌਰੀ ਹੋਣਾ ਜਿੰਨੀਆਂ ਮਰਜ਼ੀ ਸੌਰੀਆਂ ਮੰਗ ਲੈ ਮੈਂ ਤੈਨੂੰ ਨਾ ਤਾਂ ਮਾਫ਼ ਅੱਜ ਕਰਾਂ ਨਾ ਕਰਾਂ ਕੱਲ੍ਹ ਅਤੇ ਜਿਹੜੀ ਗੱਲ ਰਹੀ ਰਿਲੇਸ਼ਨਸ਼ਿਪ ਕੰਟੀਨਿਊ ਰੱਖਣ ਦੀ ਮੈਂ ਤਾਂ ਤੇਰੇ ਨਾਲ ਰਹਿਣਾ ਹੀ ਨਹੀਂ ਗੱਲ ਹੀ ਖਤਮ ਯਾਰ ਫਿਰ ਕੀ ਹੋ ਗਿਆ ਜੇ ਗਲਤੀ ਹੋ ਗਈ ਹੁਣ ਅੱਜ ਸੌਰੀ ਵੀ ਫੀਲ ਕਰਨਾ ਆਇਆ ਮੈਂ ਤੇਰੇ ਕੋਲ ਹੁਣ ਮੇਰੇ ਹੱਥੀ ਚੜੀ ਨਹੀਂ ਹਜੇ ਜਿੱਦੇ ਉਹ ਮੈਨੂੰ ਚੂਈ ਜੀ ਮਿਲ ਗਈ ਨਾ ਉਹਦੇ ਗੁੱਤ ਦਾ ਵਾਲ ਵਾਲ ਨਾ ਕੀਤਾ ਮੈਂ ਮੈਨੂੰ ਵੀ ਤੂੰ ਮਨਪ੍ਰੀਤ ਨਾ ਜਾਣੀ ਯਾਰ ਅੱਜ ਤੋਂ ਬਾਅਦ ਤੈਨੂੰ ਕਦੇ ਨਹੀਂ ਦੇਖੂ ਮੈਨੂੰ ਪਤਾ ਮੈਂ ਗਲਤੀਆਂ ਕੀਤੀਆਂ ਨੇ ਯਾਰ ਹੋ ਗਈਆਂ ਗਲਤੀਆਂ ਹੁਣ ਮੈਨੂੰ ਸਮਝ ਆ ਗਈ ਤੂੰ ਮੈਨੂੰ ਬਹੁਤ ਪਿਆਰ ਕਰਦੀ ਆ ਯਾਰ ਮੈਂ ਤੈਨੂੰ ਧੋਖਾ ਦੇ ਰਿਹਾ ਮੈਨੂੰ ਵੀ ਫੀਲ ਹੋ ਰਿਹਾ ਇੱਕ ਬੰਦੇ ਤੋਂ ਅਣਜਾਣੇ 'ਚ ਗਲਤੀ ਹੁੰਦੀ ਆ ਤੇ ਤੂੰ ਜਾਣ ਬੁੱਝ ਕੇ ਗਲਤੀਆਂ ਕਰਦਾ ਯਾਰ ਜਾਣ ਬੁੱਝ ਕੇ ਕਦੋਂ ਕੀਤੀਆਂ ਮੈਂ ਯਾਰ ਤੈਨੂੰ ਤਾਂ ਇਹ ਲੱਗਦਾ ਵੀ ਮੈਂ ਮੰਟੂ ਨੂੰ ਬੇਵਕੂਫ ਬਣਾ ਲੈਣਾ ਨਹੀਂ ਬਣਾ ਲੈਂਦਾ ਯਾਰ ਤੂੰ ਉਹੀ ਗੱਲਾਂ ਫੇਰ ਯਾਰ ਤੇਰੀਆਂ ਮੈਂ ਨਹੀਂ ਬੇਵਕੂਫ ਬਣਨ ਵਾਲੀ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲੈ ਨਾ ਤਾਂ ਮੈਂ ਤੈਨੂੰ ਕਿਸੇ ਦਾ ਹੋਣ ਦੇਵਾਂ ਤੇ ਨਾ ਮੈਂ ਤੈਨੂੰ ਕਿਸੇ ਦੇ ਜੋਗਾ ਛੱਡਾਂ ਮੈਂ ਹੋਣਾ ਵੀ ਨਹੀਂ ਮੈਂ ਰਹਿਣੀ ਸਿਰਫ ਤੇਰੇ ਮੈਂ ਵੀ ਤੇਰੇ ਨਾਲ ਗੱਲ ਨਹੀਂ ਕਰਨੀ ਯਾਰ
ਕਿਸੇ ਪਾਸੇ ਤਾਂ ਮਾਣ ਹੋ ਯਾਰ, ਮੈਂ ਸਭ ਨੂੰ ਸਭ ਕੁਝ ਛੱਡਣ ਲਈ ਤਿਆਰ ਹਾਂ ਤੇਰੇ ਲਈ, ਤੂੰ ਮੈਨੂੰ ਉਧਰ ਆਪਦੇ ਵੱਲ ਵੀ ਨਹੀਂ ਲੈ ਕੇ ਆ ਰਹੀ। ਕਿਸੇ ਪਾਸੇ ਹੋਣ ਹੀ ਨਹੀਂ ਦੇਣਾ ਮੈਂ ਤੈਨੂੰ, ਤੂੰ ਮੈਨੂੰ ਕਿਸੇ ਪਾਸੇ ਜੋਗੀ ਛੱਡਿਆ, ਆਪਦੇ ਵੱਲ ਤਾਂ ਕਰ ਲੈ। ਤੂੰ ਮੇਰੇ ਪਿਆਰ ਦਾ ਨਾ ਮਜ਼ਾਕ ਬਣਾਤਾ, ਥਾਂ ਥਾਂ ਤੇ ਮਜ਼ਾਕ ਬਣਾਤਾ। ਯਾਰ ਮੈਂ ਕੋਈ ਮਜ਼ਾਕ ਬਣਾਇਆ? ਤੂੰ ਡਰਾਮੇ ਕਰਦੀ ਸੀ, ਕੋਈ ਪ੍ਰਾਈਵੇਸੀ ਰਹੀ ਆਪਣੀ ਰਿਲੇਸ਼ਨਸ਼ਿਪ ਦੀ? ਫਿਰ ਮੈਂ ਰੱਖਦਾ ਸੀ ਨਾ, ਤੂੰ ਰੱਖੀ ਆ ਪ੍ਰਾਈਵੇਸੀ? ਮੈਨੂੰ ਇਹ ਤਾਂ ਦੱਸ ਮੈਂ ਤੈਨੂੰ ਕਿੱਥੇ ਭੰਡਿਆ? ਤੂੰ ਤਾਂ ਥਾਂ ਥਾਂ ਤੇ ਕਿਸੇ ਨੂੰ ਕਹਿਤਾ ਮੇਰੇ ਮਾਮੇ ਦੀ ਕੁੜੀ ਆ, ਕਿਸੇ ਨੂੰ ਕਹਿਤਾ ਮੇਰੀ ਭੂਆ ਦੀ ਕੁੜੀ ਆ, ਕਿਸੇ ਨੂੰ ਕੀ ਕਹਿਤਾ, ਕਿਸੇ ਨੂੰ ਕੀ ਕਹਿਤਾ? ਸੌਰੀ ਸੌਰੀ ਫਿਰ ਕੀ ਹੋ ਗਿਆ? ਸੌਰੀ, ਚੱਲ ਅੱਗੇ ਤੋਂ ਸੱਚਣਾ। ਸਹੀ ਗੱਲ ਆ, ਆਮ ਕੁੜੀਆਂ ਦੇ ਵੱਸ ਦੀ ਗੱਲ ਹੀ ਨਹੀਂ ਪਿਆਰ ਕਰਨਾ। ਤੁਹਾਡੇ ਵਰਗੇ ਮੁੰਡੇ ਤਾਂ ਸਿਰਫ ਬਸ ਕੁੜੀ ਦੀ ਜ਼ਿੰਦਗੀ ਨਾਲ ਖੇਡ ਸਕਦੇ ਆ, ਉਹਦੇ ਪਿਆਰ ਦਾ ਮਜ਼ਾਕ ਬਣਾ ਸਕਦੇ ਆ। ਸੌਰੀ, ਇੱਕ ਵਾਰ ਮਾਫ਼ ਕਰ ਦੇ ਪਲੀਜ਼, ਅੱਗੇ ਤੋਂ ਕਦੇ ਇਹ ਗਲਤੀ ਨਹੀਂ ਹੋਊ। ਤੁਹਾਡੇ ਤੇ ਤਾਂ ਭਰੋਸਾ ਕਰਨਾ ਹੀ ਬੇਕਾਰ ਆ, ਤੁਹਾਨੂੰ ਤਾਂ ਇਹ ਨਹੀਂ ਪਤਾ ਕੋਈ ਤੁਰੀ ਜਾਂਦੀ ਪਸੰਦ ਆ ਜੋ ਉਹਦੇ ਮਗਰ ਹੀ ਪੂਛਕੜ ਚੱਕ ਲੈਂਦੇ ਹੋ ਆਪਦਾ। ਚੁੱਪ ਕਰ ਜਾ, ਚੁੱਪ ਕਰ ਜਾ, ਬਕਵਾਸ ਕਰੀ ਜਾਂਦੀ ਹੈ। ਜੇ ਨਹੀਂ ਡਰ ਲੱਗਦਾ ਆਪਦੀ ਇੱਜ਼ਤ ਦਾ, ਫਿਰ ਇੱਜ਼ਤ ਵਾਲੇ ਕੰਮ ਕਰਕੇ ਦਿਖਾਉਂਦਾ। ਚੱਲ ਸੌਰੀ, ਪਲੀਜ਼ ਹੁਣ ਬਹਿਸ ਨਾ ਕਰ, ਖਾਣਾ ਕੀ ਹੈ ਤੂੰ ਦੱਸ। ਮੈਂ ਤਾਂ ਕੁਛ ਨਹੀਂ ਖਾਣਾ। ਦੱਸ ਕੀ ਖਾਣਾ, ਮੈਂ ਮੰਗਵਾਉਣਾ ਤੇਰੇ ਲਈ। ਮੈਂ ਨਹੀਂ ਕੁਛ ਵੀ ਖਾਣਾ ਹਰਮਨ। ਸੈਂਡਵਿਚ ਪਸੰਦ ਆ ਨਾ ਤੈਨੂੰ? ਮੈਨੂੰ ਨਹੀਂ ਪਸੰਦ। ਕਿਹੜਾ ਖਾਏਂਗੀ, ਗ੍ਰਿਲਡ? ਨਹੀਂ, ਮੈਂ ਤਾਂ ਕੋਈ ਵੀ ਨਹੀਂ ਖਾਣਾ। ਦੱਸ, ਮੈਂ ਕਹਿ ਤਾਂ ਦਿੱਤਾ ਵੀ ਮੈਂ ਤਾਂ ਖਾਣਾ ਹੀ ਨਹੀਂ। ਵੀਰੇ, ਦੋ ਗ੍ਰਿਲਡ ਸੈਂਡਵਿਚ ਲਾਇਓ। ਕੀ ਦੇਖਦਾ? ਇੱਕ ਗੱਲ ਕਹਾਂ? ਬੋਲ। ਗੁੱਸਾ ਤਾਂ ਨਹੀਂ ਕਰਦੀ? ਨਹੀਂ ਕਰਦੀ। ਤੇਰੇ ਨੱਕ ਦੇ ਕਾਲਾ ਕਾਲਾ ਚੂਹਾ ਲੱਗ ਰਿਹਾ। ਅਹੀਂ ਹੱਸਦੀ ਰਿਹਾ ਕਰ। ਕੁੱਟਾ ਕੁੱਤਾ ਤੂੰ, ਉਹੀ ਬੋਲੀ ਜਾਂਦਾ ਗਾ। ਸੱਚੀ ਹਰਮਨ, ਤੂੰ ਸੁਧਰ ਨਹੀਂ ਸਕਦਾ ਯਾਰ। ਸੌਰੀ, ਬਸ ਹੁਣ ਮੈਂ ਲਾਸਟ ਟਾਈਮ, ਅੱਗੇ ਤੋਂ ਕਦੇ ਨਹੀਂ ਆਇਆ ਕੁਛ ਕਰਦਾ। ਕੋਈ ਨਹੀਂ, ਦੇਖਦੀ ਹਾਂ ਕਿੰਨਾ ਕੁ ਟਾਈਮ ਲਾਇਲ ਚੱਲਦਾ ਤੂੰ ਮੇਰੇ ਨਾਲ। ਬਸ ਦੇਖ ਲਈ। ਹੈ ਓਏ, ਡੇਰੇ 'ਚ ਮਾਂ ਕੋਈ ਅਫਸਰ ਉਫਸਰ ਵੀ ਜਾਂਦੇ ਨੇ ਕਿ ਤੁਸੀਂ ਫਿਰ ਦਿਨਾਂ ਮਲੰਗ ਜੇ ਇੱਥੇ ਬੰਦੇ ਸਾਰੇ ਇਕੱਠੇ ਹੋਏ? ਅਫਸਰ ਵਾਧੂ ਜਾਂਦੇ ਨੇ ਉੱਥੇ, ਸਾਰੇ ਜਾਂਦੇ ਨੇ, ਵੱਡੇ ਤੋਂ ਵੱਡੇ ਅਫਸਰ ਜਾਂਦੇ ਨੇ ਉੱਥੇ। ਅੱਛਾ, ਹੋਰ ਹੁਣ ਹੈਗੀ ਤੁਹਾਡੀ ਪੁੱਛ ਪੜਤਾਲ ਮਾੜੀ ਮੋਟੀ ਤੇ ਕਿਸੇ ਨਾ ਕਿਸੇ ਨੇ? ਪੂਰੀ ਦੱਸ ਦੀ ਜੇ ਕੋਈ ਕੰਮ ਹੋਇਆ ਕਰਾ ਦਾਂਗੇ। ਬਲਾਕ ਪ੍ਰਧਾਨ ਤਾਂ ਹੈਗਾ ਮੈਂ ਉੱਥੇ, ਕਹਿਣਾ ਹੀ ਆ ਬਾਬੇ ਜੀ ਪੇਰਾ ਆਉਂਦੇ ਨੇ ਅਫਸਰ ਉਫਸਰ ਸਾਰੇ। ਹੋਰ ਹੁਣ ਸਾਰੇ ਹੁੰਦੇ ਨੇ, ਛੋਟੇ ਤੋਂ ਲਾ ਕੇ ਵੱਡੇ ਤੱਕ। ਜੇ ਭਲਾ ਕੰਮ ਕੁੰਮ ਪੈ ਜੇ ਬੰਦੇ ਨੂੰ ਕੋਈ, ਫੇਰ ਕੰਮ ਤੂੰ ਹੁਕਮ ਕਰ। ਹੈ, ਦੱਸੀ ਤੂੰ ਕੰਮ ਕਰਾ ਦਿੰਦੇ ਫਿਰ ਜੀ ਕੰਮ? ਹਾਂ, ਮੋਟਰ ਮੋਟਰ ਲਵਾਉਣੀ ਆ ਕੋਈ। ਮੋਟਰ ਕੀ, ਮੈਂ ਚਿੱਤਲਾ 'ਚ ਲੈਣੀ ਹੈ, ਕਿੱਲਾ ਤਾਂ ਮੇਰੇ ਕੋਲ ਡੂਡ ਆ ਭੈਣ ਦਾ, ਮੋਟਰ ਤਾਂ ਮੇਰੀ ਗਵਾਂਢੀ ਛੱਡੀ ਰੱਖਦੇ। ਮੈਂ ਕਹਾ ਦਾਂਗੇ ਐਸਡੀਓ ਨੂੰ, ਐਕਸ਼ਨ ਉਕਸ਼ਨ ਸਾਰੇ ਜਾਂਦੇ ਨੇ ਉੱਥੇ। ਮੈਂ ਤੈਨੂੰ ਐਂ ਕਹਿੰਦਾ ਸੀ, ਇੱਕ ਪੁੰਨ ਵਾਲਾ ਕੰਮ ਆ ਕੇਂਦਰ ਦਿਓ। ਹਾਂ, ਲੜਕੀ ਹੈ ਇੱਕ ਉਰੇ ਪਿੱਪਲਾਣੀ ਤੋਂ, ਬਹੁਤ ਗਰੀਬ ਘਰ ਦੀ ਲੜਕੀ ਹੈ ਵਿਚਾਰੀ, ਲੋੜਵੰਦ ਵੀ ਹੈਗੀ ਹੈ। ਅੱਛਾ, 5 ਨੰਬਰ ਘੱਟਦੇ ਨੇ ਮਹਾਂ ਪਟਵਾਰੀ ਦੀ ਨੌਕਰੀ 'ਚ ਉਹਦੇ 'ਚੋਂ। ਜੇ ਕਹਿ ਕਹਾ ਕੇ ਤੁਸੀਂ ਇੱਥੇ ਕੋਈ ਅਫਸਰ ਉਫਸਰ ਆਉਂਦਾ ਉਹਨੂੰ ਲਵਾ ਦਿਓ, ਫਿੱਟ ਕਰਾ ਦਿਓ ਉੱਥੇ ਸਰਕਾਰੀ ਨੌਕਰੀ 'ਚ। ਅੱਛਾ, ਇਹਦਾ ਫਿਰ ਅਪੀਲ ਉੱਥੇ ਲੈ ਕੇ ਜਾਣੀ ਪਊ, ਬਾਬਾ ਜੀ ਦੇ ਪੀ ਆਈ ਨੂੰ ਕਹਿਣਾ ਪਊਗਾ, ਪੀ ਏ ਕਰਾ ਸਕਦਾ ਇਹਦਾ ਫਿਰ। ਇਹ ਸਾਡੇ ਹੱਥ 'ਚ ਨਹੀਂ ਹੈਗਾ, ਤੁਹਾਡੇ ਹੱਥ 'ਚ ਕੰਮ ਅਸੀਂ ਕਰਾ ਲੈਂਦੇ ਹਾਂ। ਸਾਡੇ ਹੱਥ 'ਚ ਤਾਂ ਇਹ ਹੈ, ਕੀ ਮੰਗਦੇ ਆ ਸਰਕਾਰੀ ਨੌਕਰੀਆਂ ਤੋਂ? ਮਾਤਾ ਕਹਿੰਦਾ ਡੇਰੇ 'ਚ ਹੀ ਦਬਾ ਦਿੰਦੇ ਆ ਨੌਕਰੀ, ਇਹਨੂੰ ਗੁਫਾ 'ਤੇ ਅਕਾਊਂਟੈਂਟ ਰਖਾ ਦਿੰਦੇ ਆ। ਓਏ, ਗੱਲ ਤਾਂ ਸੁਣ ਲੈ, ਅਸੀਂ ਲਿਖਣਾ ਸਾਰੇ ਦਿਨ 'ਚ ਕਿੰਨੀਆਂ ਭੈਣਾਂ ਅੰਦਰ ਗਈਆਂ, ਕਿੰਨੀਆਂ ਭੈਣਾਂ ਬਾਹਰੇ ਆਈਆਂ, ਸਾਰੀ ਸਹੂਲਤਾਂ, ਜਿਹੜਾ ਮਰਜ਼ੀ ਕੁਛ ਖਾਵੇ ਪੀਵੇ ਫ੍ਰੀ ਮਿਲਦਾ। ਮੇਰੀ ਗੱਲ ਸੁਣੋ, ਉਹ ਕੰਜਦਾ ਗਰੀਬ ਘਰ ਦੀ ਲੜਕੀ ਆ ਉਹ, ਹੈਂ ਵੀ ਐਂ ਚੱਲ ਅੜਕ ਜੂਗੀ ਕਿਤੇ ਨਾ ਕਿਤੇ, ਜੇ ਕੋਈ ਹੈਗਾ ਹੱਥ ਪੈਂਦਾ ਦੇਖ ਲੈ,
ਏਰੇ-ਡੂਰੇ 'ਚ ਤਾਂ ਜਾਂਦੀ ਨੇ ਭਾਈ ਉਹ। ਮੈਂ ਉਹੀ ਕਹਿਣਾ ਚਾਹੁੰਦਾ, ਸਰਕਾਰੀ ਨੂੰ ਵੱਧ ਤਨਖਾਹ ਨੇ, 50,000 ਲੈਂਦੀਆਂ ਨੇ ਕੁੜੀਆਂ ਉੱਥੇ। ਬਾਬਾ ਜੀ ਨੂੰ ਫਿੱਟ ਆਉਣੀ ਚਾਹੀਦੀ ਹੈ ਬਸ। ਬਾਬਾ ਜੀ ਦੀ ਇੱਕ ਡਿਮਾਂਡ ਹੈ ਵੀ ਕੁੜੀ ਲੰਬੀ ਲੂੰਜੀ ਹੋਵੇ, ਸੋਹਣੀ ਸੁਨੱਖੀ ਹੋਵੇ, ਘੰਟੇ ਕੁ ਦੀ ਬਾਬਾ ਇੰਟਰਵਿਊ ਲਊਗਾ ਗੁਫਾ 'ਚ, ਜੇ ਬਾਬਾ ਜੀ ਖੁਸ਼ ਹੋ ਗਏ ਉੱਥੇ ਰੱਖ ਲਈ ਸਾਰੀ ਉਮਰ। ਆਪਾਂ ਹੀ ਹੋਰੇ ਚਾਵਲਾ ਮਰੀ ਜਾਂਦਾ। ਮੈਂ ਕਹਿਣਾ ਤੁਹਾਨੂੰ, ਤੁਹਾਡਾ ਕਿਹੜਾ ਕਰੇਗਾ ਕੰਮ? ਟੈਲੀਫੋਨ ਕੱਢ ਤੇਰਾ, ਟੈਲੀਫੋਨ ਮੇਲ ਕੇ ਦੇ ਮੈਨੂੰ। ਮੈਂ ਤਾਂ ਕਹਿੰਦਾ ਅਸੀਂ ਕਰ ਲੈ, ਵਧੀਆ ਰਹੇਗਾ। ਓਏ ਰਹਿਣ ਦੇ, ਓਏ ਰਾਜੀ ਹੋ ਜੂ ਕੁੜੀ 6 ਮਹੀਨੇ ਬਾਅਦ ਪਿੰਡ ਆਊ, ਸਿਆਣ ਵੀ ਨਹੀਂ ਆਉਣੀ ਤੁਹਾਡੇ ਤਾਂ ਕੁੜੀ ਉਹ। ਰਹਿਣ ਦੇ ਤੂੰ, ਲੈ ਇੱਥੇ ਉਹ ਲਿਖਿਆ ਹੋਊਗਾ, ਸੁਖਵਿੰਦਰ ਦਾ ਨੰਬਰ ਲਿਖਿਆ ਹੋਊ, ਦੇਖੇ ਦੂਜੇ ਤੀਜੇ ਵਰਕਣੇ ਤੇ ਨਿਸ਼ਾਨੀ ਜੀ ਲਾ ਕੇ ਰੱਖਿਆ ਕਰ ਕੋਈ। ਹੈਂ? ਨਿਸ਼ਾਨੀ ਜੀ ਲਾ ਕੇ ਰੱਖਿਆ ਕਰ ਮਹਾਂ। ਉਹ ਮੈਨੂੰ ਕੀ ਪਤਾ, ਜੇ ਮੈਂ ਲਿਖ ਕੇ ਦਿੰਦਾ ਅਗਲਾ ਲਿਖ ਦਿੰਦਾ। ਮਿਲ ਗਿਆ? ਹਾਂ ਲੈ ਉਹ ਚੜੂਆ ਕਰਦੇ ਮਾੜਾ ਜਿਹਾ। ਮੈਂ ਤਾਂ ਹਜੇ ਵੀ ਕਹਿੰਦਾ ਨਾ ਲਾ ਕਿਸੇ ਨੂੰ ਫੋਨ, ਡੇਰੇ 'ਚ ਰਖਾਉਂਦੇ ਲੜਕੀ ਨੂੰ, ਸਾਰੀ ਉਮਰ ਦੀ ਰੋਟੀ ਲੱਗ ਜੂ। ਲੱਗਿਆ ਤਾਂ ਨਹੀਂ ਹੋਏ, ਲੱਗ ਗਿਆ ਚੁੱਕੂਗਾ। ਹੈਂ? ਲੱਗ ਗਿਆ ਬੋਲੇ ਤਾਂ ਨਹੀਂ ਮੁਰੋ ਕੀ ਬੰਦਾ ਬੋਲੂਗਾ ਦੇਖ। ਹੈਲੋ ਹੈਲੋ ਹੈਲੋ, ਸੁਖਵਿੰਦਰ ਸਿੰਘ ਬੋਲਦਾ ਹੈ। ਹਾਂਜੀ ਹਾਂ, ਮੈਂ ਭਰਪੂਰ ਸਿੰਘ ਬੋਲਦਾ ਸ਼ਾਜਲੀ ਵਾਲਾ। ਭਰਪੂਰ ਯਾਰ, ਭਰਪੂਰ ਕਿਹੜਾ? ਆਪਾਂ ਵੋਟਾਂ 'ਚ ਤਾਂ ਮਿਲੇ ਦੀ ਆ, ਜਦੋਂ ਰੈਲੀ ਕੱਢਦੇ ਹੁੰਦੇ ਆਪਾਂ, ਆਹ ਝੰਡੀਆਂ ਲੈ ਕੇ ਮੈਂ ਮੁਰੇ ਹੁੰਦਾ, ਝੱਬੜਲਾ ਝੰਡਾ ਮੇਰੇ ਕੋਲ ਹੁੰਦਾ ਫੜਾ ਹੁੰਦਾ ਸੀ। ਹੈਂ ਯਾਰ, ਚੱਲ ਕੰਮ ਦੱਸ ਯਾਰ, ਵੀਰ ਧਿਆਨ 'ਚ ਤਾਂ ਨਹੀਂ ਆ ਰਿਹਾ ਮੇਰੇ। ਕੰਮ ਤਾਂ ਕੁਛ ਨਹੀਂ, ਚੱਲ ਸਿਆਣ ਪਛਾਣ ਹੋ ਜਾਂਦੇ ਕਿ ਫਿਰ ਮਿਲੇ ਨਹੀਂ ਤੁਸੀਂ ਬਾਅਦ 'ਚ ਨਾ ਮੈਨੂੰ। ਮੈਂ ਕਹਿਣ ਦੀ, ਮੈਂ ਤੂੰ ਮੈਨੂੰ ਨੰਬਰ ਦੇ ਕੇ ਗਿਆ ਸੀ ਤੁਹਾਡੇ ਟੈਲੀਫੋਨ ਦਾ, ਵੀ ਬਾਬੇ ਜੇ ਕੋਈ ਕੰਮ ਹੋਇਆ ਦੱਸੀ ਮੈਨੂੰ। ਹੈਂ? ਦੱਸ ਸਰ, ਮਾੜਾ ਹਿੰਮਤ ਨਾ ਦੱਸ। ਕੰਮ ਇੱਕ ਨਾ ਲੜਕੀ ਹੈ ਬਹੁਤ ਗਰੀਬ ਘਰ ਦੀ, 5 ਕੁ ਨੰਬਰ ਘੱਟ ਨੇ ਉਹਦੇ ਪਟਵਾਰੀ ਦੀ ਨੌਕਰੀ ਲੱਗਣ 'ਚ, ਜੇ ਤੁਸੀਂ ਲਵਾ ਦਿਓ ਮੈਂ, ਤੁਸੀਂ ਪੁੰਨ ਵਾਲੀ ਕੰਮ ਹੈ ਯਾਰ। ਭਰਪੂਰ ਤੂੰ ਸਿਆਣਾ ਮਾੜਾ ਬੰਦਾ ਯਾਰ, ਤੁਸੀਂ ਕਿਹਾ ਦੀ ਬਈ ਬਾਬੇ ਜਦੋਂ ਮਰਜ਼ੀ ਕੰਮ ਮੜ ਗਿਆ ਵੀ ਉਹਦੀ ਤੇ ਅਸੀਂ, ਮੈਨੂੰ ਫੋਨ ਕਰ ਲਈ, ਮੈਂ ਆਪੀ ਕੰਮ ਕਰਾ ਕੇ ਦੇਊ ਤੇਰਾ। ਉਹ ਤਾਂ ਠੀਕ ਆ, ਫਿਰ ਮੈਂ ਯਾਰ ਮੈਂ ਦੱਸ ਕੀ ਕਰਾਂ, ਮੰਤਰੀ ਸਾਹਿਬ ਆਪ ਚੰਡੀਗੜ੍ਹ ਹੁੰਦੇ ਨੇ, ਤੂੰ ਕਿੱਥੇ ਹੁੰਦਾ ਫਿਰ, ਨਾਲ ਨਹੀਂ ਹੁੰਦਾ ਤੂੰ ਉਹਦੇ? ਉਹ ਬਸ ਮੈਂ ਪਿੰਡ ਹੀ ਹੁੰਦਾ ਜੋ ਜਿੱਤ ਗਏ ਸੀ ਮੰਤਰੀ ਸਾਹਿਬ, ਫਿਰ ਉੱਧਰ ਵਗ ਗਏ ਸੀ ਨਾ। ਤੂੰ ਤਾਂ ਨਾਲੇ ਤਾਂ ਉਹ ਨਾਲੇ ਨਾਲ ਭੱਜਿਆ ਫਿਰਦਾ ਸੀ, ਮੂਹਰੇ ਮੂਹਰੇ ਤੂੰ ਹੀ ਹੁੰਦਾ ਸੀ, ਗੱਡੀ ਟਾਕੀ ਤੇ ਲਮਕਦਾ ਹੁੰਦਾ ਜਦੋਂ। ਹੈਂ? ਭੱਜੇ ਤਾਂ ਭਰਪੂਰ ਸਾਰੀ ਫਿਰਦੇ ਸੀ, ਤੂੰ ਕਿਹੜਾ ਭੱਜਿਆ ਨੀ ਨਾਲ, ਉਹੀ ਗੱਲਾਂ ਯਾਰ ਤੇਰੀਆਂ, ਪਰ ਇਹ ਕੰਮ ਚੱਲਦੇ ਨੀ ਅੱਜ ਕੱਲ੍ਹ। ਫਿਰ ਤੂੰ ਮਰ ਜਾਏ ਕਰ, ਜੇ ਤੂੰ ਜੇ ਨਹੀਂ ਨਾਲ ਤਾਂ ਪਹਿਲਾਂ ਟੈਲੀਫੋਨ ਕਰਕੇ ਕਹਿ ਮੰਤਰੀ ਨੂੰ ਵੀ ਭਰਪੂਰ ਸਿਉ ਨੇ ਸਿਫਾਰਿਸ਼ ਪਾਈ ਆ ਸ਼ਾਜਰੀ ਵਾਲੇ ਨੇ, ਪਟਵਾਰੀ ਲਵਾਉਣੀ ਆ ਕੁੜੀ। ਹੈਂ? ਯਾਰ ਹੁਣ ਮੈਂ ਤੈਨੂੰ ਸਿਰੇ ਵਾਲੀ ਗੱਲ ਦੱਸਾਂ, ਮੰਤਰੀ ਦਾ ਮੇਰਾ ਫੋਨ ਚੱਕਦਾ ਨੀ, ਚੱਕਦਾ ਨੀ, ਚੱਕਦਾ ਨੀ ਮੇਰਾ ਫੋਨ। ਫਿਰ ਹੁਣ ਬਈ ਫਿਰ ਕੰਮ ਕਿਵੇਂ ਹੋਊ ਆਪਣਾ ਯਾਰ? ਅਸਲ ਤਾਂ ਤੂੰ ਜਵਾਬ ਹੀ ਸਮਝ ਕੰਮ ਨੂੰ, ਜੇ ਤੇਰੀ ਸਿੱਧੀ ਮੁੱਖ ਮੰਤਰੀ ਨਾਲ ਹੈਗੀ ਆ ਤਾਂ ਭਾਈ ਕੋਈ ਹੱਲ ਨਿਕਲ ਸਕਦਾ, ਨਹੀਂ ਤਾਂ ਫਿਰ। ਅੱਛਾ, ਮੁੱਖ ਮੰਤਰੀ ਨਾਲ ਤਾਂ ਉਹਦੇ ਪਿੰਡੋ ਪੁੰਡੋ ਦਾ ਪਤਾ, ਮਾੜਾ ਮੋਟਾ ਬੰਦਾ ਮਿਲ ਜੇ ਕੋਈ, ਹਨਾ? ਤੇਰੀ ਜਮੀ ਹੁਣ ਹੱਥ ਖੜੇ ਨੇ ਭਾਈ, ਫਿਰ ਹੱਥ ਖੜੀ ਸਮਝ ਭਾਈ ਭਰਪੂਰ, ਹੁਣ ਹੋਰ ਤਾਂ ਮੇਰੇ ਤਾਂ ਆਪਦੇ ਨੀ ਕੰਮ ਹੋ ਰਹੇ ਯਾਰ ਹੁਣ। ਅੱਛਾ ਚੱਲ ਭਾਈ, ਕੋਈ ਪੈਸਾ ਟਕਾ ਦੇ ਦਾਂਗੇ, ਦੇਖ ਲੈ 5-10 ਹਜ਼ਾਰ ਰੁਪਇਆ ਕੋਈ। ਹੈਂ? ਤੈਨੂੰ ਮੈਂ ਗੱਲ ਦੱਸਾਂ ਇੱਕ। ਹੈਂ? ਮੇਰੇ ਨਾਲ ਤਾਂ ਗੱਲ ਕਰ ਲਈ ਆ ਤੈਂ। ਹੈਂ? ਹੋਰ ਨਾ ਕਿਸੇ ਨੂੰ ਫੋਨ ਤੇ ਕਰੀ, ਨਾਲੇ ਆਪਦਾ ਪੂਛੜਾ ਪਟਾਏਗਾ ਨਾਲੇ ਦੂਜੇ ਦਾ ਪਟਾਏਗਾ। ਚੱਲ
ਚੰਗਾ ਭਾਈ ਚੰਗਾ ਕੱਟ ਦਿਓ ਭਾਈ ਕੱਟ ਦੇ ਤਾਂ ਦੇਖ ਲਾ ਚਾਚਾ ਹੈ ਉਧਰ ਤਾਂ ਆਪਾਂ ਪੈਸੇ ਦੇਣ ਨੂੰ ਫਿਰਦੇ ਆਂ ਵੀ ਰੁਪਈਏ ਦੇ ਦਾਂਗੇ ਉਧਰ ਫ੍ਰੀ ਚ ਜਦੋਂ ਨੌਕਰੀ ਮਿਲਦੀ ਕੀ ਹੈ ਇਹ ਤੇ ਨਾਮ ਸ਼ਬਦ ਹੀ ਲੈ ਗਰਦੇਵ ਗਰਦੇਵ ਸਿੰਘ ਦਾ ਨੰਬਰ ਲਿਖਿਆ ਹੋਊਗਾ ਉਦੋਂ ਵੀ ਗੁਰਦੇਵ ਸਿੰਘ ਉਹਦੇ ਗੁਰਦੇਵ ਸਿੰਘ ਠੀਕਰੀ ਵਾਲ ਤੋਂ ਵੋਟਾਂ ਵੂਟਾਂ ਵਾਲੇ ਤਾਂ ਇਹੋ ਜਿਹਾ ਕੰਮ ਹੀ ਕਰਦੇ ਹੁੰਦੇ ਲਾ ਮਰ ਜਾ ਮਿਲ ਗਿਆ ਠੀਕਰੀ ਵਾਲ ਵਾਲਾ ਹਾਂ ਹਾਂ ਉਹੀ ਲਾਉਣਾ ਰੇਡੂਆ ਉੱਚਾ ਕਰਦੇ ਬੜਾ ਉੱਚਾ ਲੈ ਲਾ ਤਾ ਹੈਂ ਉੱਚਾ ਕਰਦਾ ਰੇਡੂਆ ਕੱਢ ਲੈ ਹਾਲੇ ਹੈਲੋ ਹਾਂਜੀ ਹੈਲੋ ਗੁਰਦੇਵ ਸਿੰਘ ਗੁਰਦੇਵ ਭਰਪੂਰ ਬੋਲਦਾ ਸ਼ਾਜਲੀ ਵਾਲਾ ਸ਼ਾਜਲੀ ਵਾਲਾ ਬੋਲਦਾ ਭਰਪੂਰ ਆਪਾਂ ਮਿਲੇ ਸੀ ਧਰਨੇ ਤੇ ਅੱਛਾ ਲੈ ਕੱਟ ਦੇ ਓਏ ਕੱਟ ਦੇ ਯਾਰ ਕੱਟ ਦੇ ਕੱਟ ਦੇ ਕੱਟ ਦੇ ਚੰਗਾ ਬਾਈ ਡੀ ਸੀ ਘੇਰ ਖੈਰ ਤਾਂ ਸਾਡੇ ਘਰੇ ਫੜਾ ਦੀ ਉਹ ਕਰ ਲਈ ਵਿਚਾਰ ਕੋਈ ਨਾ ਡੇਰੇ ਵਾਲਾ ਤਾਂ ਜੇ ਬਣਿਆ ਰਖਾ ਦੂ ਉੱਥੇ ਉਹ ਬਾਗ ਜਾ ਓਏ ਐਨ ਦਾ ਖਾਸ ਮੇਤਾ ਇੱਜ਼ਤ ਦਾ ਸਵਾਲ ਹੋ ਗਿਆ ਪ੍ਰਭੂਰ ਸਿੰਘ ਤੀਵੀਂ ਕਹੂਗੀ ਭਾਵੇਂ ਫਾਈਂਟਰ ਮਾਰ ਗਿਆ ਵੀ ਕੰਮ ਹੋਇਆ ਨਹੀਂ ਕੀ ਕਰੀਏ ਕਿਤੇ ਹੱਥੋਂ ਨਾ ਲੰਘ ਜੇ ਤੀਵੀਂ 10 ਕਿੱਲੇ ਆਉਣਗੇ ਆਉਣਾ ਸਕੀਮ ਕੋਈ ਨਾ ਕੋਈ ਕਾਕਾ ਵੱਢ ਕੇ ਦੇਖਦਾ ਖਾ ਲਾਗਾ ਹਰਮਨ ਦੇਖੋ ਆਪਣੇ ਰਿਲੇਸ਼ਨਸ਼ਿਪ 'ਚ ਬਹੁਤ ਚੇਂਜ ਆ ਗਿਆ ਅੱਜ ਤਾਂ ਮੈਂ ਤੁਹਾਡੇ ਕਹੇ 'ਤੇ ਆ ਗਈ ਹਾਂ ਤੁਹਾਨੂੰ ਮਿਲਣ ਪਰ ਅੱਗੇ ਤੋਂ ਨਾ ਤਾਂ ਮੈਂ ਤੁਹਾਨੂੰ ਕਦੇ ਮਿਲਣ ਆਉਣਾ ਨਾ ਤੁਹਾਡੇ ਨਾਲ ਕਿਤੇ ਘੁੰਮਣ ਜਾਣਾ ਅਤੇ ਨਾ ਮੈਂ ਕਾਲ 'ਤੇ ਗੱਲ ਕਰ ਸਕਦੀ ਹਾਂ ਕਿਉਂ ਇਹੋ ਜਿਹਾ ਕੀ ਹੋਇਆ ਐਡੀ ਕਿੱਡੀ ਕੁ ਗੱਲ ਹੋਈ ਆ ਯਾਰ ਤੂੰ ਤਾਂ ਐਡੀ ਵਧਾ ਰੱਖੀ ਆਉਂਗੀ ਮੈਂ ਇਹੋ ਜਿਹਾ ਕੁਛ ਕਰਨਾ ਨਹੀਂ ਚਾਹੁੰਦੀ ਸੀ ਪਰ ਮੈਨੂੰ ਮਜਬੂਰੀ 'ਚ ਨਾ ਕਰਨਾ ਪੈ ਰਿਹਾ ਹੁਣ ਆਪਣੀ ਗੱਲ ਸਿਰਫ ਉਦੋਂ ਹੋਊਗੀ ਜਦੋਂ ਤੁਸੀਂ ਸਿੱਧਾ ਸਾਡੇ ਘਰ ਆ ਕੇ ਵਿਆਹ ਦੀ ਗੱਲ ਕਰੋਗੇ ਪੱਕਾ ਪੱਕਾ ਕਰੂੰ ਮੈਂ ਪਰ ਮੈਨੂੰ ਥੋੜ੍ਹਾ ਟਾਈਮ ਚਾਹੀਦਾ ਮੈਂ ਤੈਨੂੰ ਪਹਿਲਾਂ ਵੀ ਇੰਨੀ ਵਾਰ ਕਿਹਾ ਮੈਨੂੰ ਬਸ ਟਾਈਮ ਦੇ ਮੈਂ ਤੈਨੂੰ ਪੱਕਾ ਆਊਂਗਾ ਮੈਂ ਤੇਰੇ ਘਰੇ ਗੱਲ ਕਰੂੰ ਆਪਾਂ ਸਿੱਧਾ ਵਿਆਹ ਦੀ ਗੱਲ ਕਰਾਂਗੇ ਟਾਈਮ ਦਿੱਤਾ ਤੁਹਾਨੂੰ ਜਿੰਨਾ ਤੁਹਾਨੂੰ ਟਾਈਮ ਚਾਹੀਦਾ ਨਾ ਲੈ ਲਓ ਪਰ ਅੱਜ ਤੋਂ ਬਾਅਦ ਆਪਾਂ ਗੱਲ ਨਹੀਂ ਕਰਾਂਗੇ ਸਿਰਫ ਗੱਲ ਉਦੋਂ ਹੋਊਗੀ ਜਦੋਂ ਸਾਡੇ ਘਰ ਸਾਰਿਆਂ ਦੇ ਸਾਹਮਣੇ ਗੱਲ ਹੋਊਗੀ ਚੈਟ ਤਾਂ ਕਰ ਸਕਦੀ ਹਾਂ ਨਾ ਯਾਰ ਚੈਟ ਤਾਂ ਕਰ ਲਿਆ ਕਰੀ ਨਾ ਮੈਂ ਤਾਂ ਕੁਛ ਵੀ ਨਹੀਂ ਕਰਨਾ ਓਏ ਹਾਂ ਸੱਚ ਤੁਹਾਡਾ ਪਟਵਾਰੀ ਦਾ ਰਿਜ਼ਲਟ ਜਾਂ ਮੈਂ ਅਨਾਊਂਸ ਹੋ ਗਿਆ ਸੁਣਿਆ ਕੀ ਬਣਿਆ ਤੇਰਾ ਮੇਰਾ ਤਾਂ ਨਾਮ ਹੀ ਨਹੀਂ ਆਇਆ ਲਿਸਟ 'ਚ ਕਿਉਂ ਉਹ ਤਾਂ ਜਿਨ੍ਹਾਂ ਦਾ ਨਾ 90% ਤੋਂ ਉੱਪਰ ਨੰਬਰ ਹੈ ਉਹਨਾਂ ਦੇ ਨਾਮ ਆਇਆ ਮੇਰਾ ਤਾਂ 85% ਸੀ ਓਹੋ ਪਰ ਕਹਿ ਕਹਾ ਕੇ ਦੇਖ ਲੈਂਦੇ ਕਿਸੇ ਤੋਂ ਆਪਾਂ ਕਿਆ ਹੋਇਆ ਸੀ ਇੱਕ ਅੰਕਲ ਨੂੰ ਉਹਨਾਂ ਦੀ ਬਹੁਤ ਚੱਲਦੀ ਹੈ ਮੰਤਰੀਆਂ ਨਾਲ ਤਾਂ ਸਿੱਧੀ ਉੱਠਣੀ ਪੈਣੀ ਹੈ ਅੱਛਾ ਇਹੋ ਜਿਹਾ ਕਿਹੜਾ ਆ ਗਿਆ ਹੈਗਾ ਇੱਕ ਅੰਕਲ ਸਾਡੇ ਆਉਂਦਾ ਹੁੰਦਾ ਚੱਲ ਵਧੀਆ ਹੈ ਕੀ ਪਤਾ ਲੱਗ ਹੀ ਜਾਵੇ ਕੰਮ ਹੀ ਬਣ ਜੇ ਹਾਂ ਕੀ ਪਤਾ ਕੋਈ ਹੀਲਾ ਹੋ ਜੇ ਉਹ ਯਾਰ ਛੱਡ ਦੇ ਹਰਮਨ ਕੁਛ ਨਹੀਂ ਹੈਗਾ ਯਾਰ ਮਨਪ੍ਰੀਤ ਮੈਂ ਮੈਸੇਜ ਪੜ ਲਿਆ ਉਹ ਯਾਰ ਮੰਮੀ ਦਾ ਮੈਸੇਜ ਆਇਆ ਤਾਂ ਯਾਰ
ਕੁਛ ਨਹੀਂ ਹੈਗਾ ਯਾਰ। ਛੱਡ ਦੇ ਹਰਮਨ, ਮੈਂ ਤੈਨੂੰ ਕਹਿਤਾ ਵੀ ਮੈਸੇਜ ਮੈਂ ਉਹ ਯਾਰ ਮੰਮੀ ਦਾ ਮੈਸੇਜ ਯਾਰ ਕਮਾਲ ਕਰੀ ਜਾਂਦੇ, ਕੋਈ ਗੱਲ ਆ ਯਾਰ ਮੈਂ ਮੈਸੇਜ ਆਣਾ ਮੈਂ ਸਾਹਮਣੇ ਕਾਲ ਕਰ ਇਸੇ ਨੰਬਰ ਤੇ ਕਰ ਸਪੀਕਰ ਤੇ ਕਰ। ਉਹ ਯਾਰ ਮੈਂ ਦੱਸ ਕੇ ਨਹੀਂ ਆਇਆ ਕਰੇ ਯਾਰ, ਮੈਨੂੰ ਤਾਂ ਕਹਿੰਦੇ ਨੇ ਵੀ ਕਿੱਥੇ ਕਰੇ ਆ ਯਾਰ, ਨਹੀਂ ਕਰਨੀ ਕਾਲ ਮੈਂ। ਉਹ ਤੂੰ ਬਸ ਝੂਠ ਦੀ ਹੱਦ ਹੁੰਦੀ ਆ ਹਰਮਨ ਯਾਰ, ਕੋਈ ਗੱਲ ਆ ਯਾਰ ਉਹੀ ਬਹਿਸ ਕਰੀ ਜਾਂਦੀਆਂਗੀ, ਜਦੋਂ ਤੈਨੂੰ ਕਹੀ ਦਿੱਤਾ ਕੁਛ ਨਹੀਂ ਹੈਗਾ ਮੰਮੀ ਦਾ ਮੈਸੇਜ ਆ। ਮੈਂ ਉਹੀ ਬਹਿਸ ਨਹੀਂ ਕਰਦੀ, ਇਸੇ ਨੰਬਰ ਤੇ ਫੋਨ ਲਾ ਕੇ ਦੱਸ ਸਪੀਕਰ ਤੇ ਕਰ ਵੀ ਹਾਂ ਮੰਮੀ ਆ ਵਾਕਈ। ਉਹ ਯਾਰ ਮੰਮੀ ਆ ਯਾਰ, ਹੁਣ ਤੂੰ ਸਮਝਦੀ ਨਹੀਂ ਹੈਗੀ ਯਾਰ, ਤੂੰ ਮਨਪ੍ਰੀਤ ਯਾਰ ਕੁਛ ਨਹੀਂ ਹੈਗਾ ਯਾਰ, ਕੁਛ ਤਾਂ ਆਪੇ ਨਹੀਂ ਹੈਗਾ, ਹੱਦ ਕਰਤੀ ਹੈ ਤੂੰ ਤਾਂ। ਯਾਰ ਮੰਮੀ ਦਾ ਮੈਸੇਜ ਆ ਯਾਰ, ਹੁਣ ਤਾਂ ਮੈਂ ਸਾਹਮਣੇ ਮੈਸੇਜ ਦੇਖਿਆ ਯਾਰ, ਐਂ ਤਾਂ ਕਿੰਨਾ ਕੁਛ ਕਹੀ ਚੱਲ ਯਾਰ, ਜਦੋਂ ਕਹੀਆਂ ਨਾ ਮੰਮੀ ਦਾ ਮੈਸੇਜ ਆ, ਕੀ ਗਲਤ ਦੇਖ ਲਿਆ ਤੂੰ ਇਸ 'ਚ? ਲੁੱਟਰ ਕੁੱਤੇ ਤਾਂ ਵੀ ਭੈੜਾ ਯਾਰ, ਮੰਮੀ ਦੇ ਨਾਮ ਤੇ ਸਰਦਾਰਨੀ ਨਹੀਂ ਲਿਖ ਸਕਦਾ ਮੈਂ। ਪਰ ਕਰ ਫੋਨ ਕਰ ਮੇਰੇ ਸਾਹਮਣੇ ਸਪੀਕਰ ਤੇ ਕਰਕੇ ਯਾਰ, ਮੈਂ ਨਹੀਂ ਕਰਾ ਸਕਦਾ ਗੱਲ ਫੋਨ 'ਚ, ਮੇਰੀ ਮੰਮੀ ਦਾ ਹੈਗਾ ਨਾ ਯਾਰ, ਮੈਂ ਨਹੀਂ ਕਰਾ ਸਕਦਾ ਗੱਲ। ਕਿਉਂ ਨਹੀਂ ਕਰਾ ਸਕਦਾ, ਮੈਂ ਕੀ ਜਾਣਦੀ ਨੀ ਮੰਮੀ ਨੂੰ ਯਾਰ? ਨਹੀਂ ਹੁੰਦਾ ਯਾਰ, ਤੂੰ ਹਰ ਇੱਕ ਦੇ ਘਰ ਕਰਦਾ ਫਰਕ ਹੁੰਦਾ ਯਾਰ, ਤੂੰ ਕਿਉਂ ਹੱਦ ਕਰੀ ਜਾਂਦੀ ਆ? ਉਹੀ ਸ਼ੋਰ ਪਾਇਆ ਉਰੇ, ਸ਼ੋਰ ਪਾਇਆ ਉਰੇ, ਸੜੀਆਂ ਸੜੇ ਗਲੇ ਮੂੰਹ ਵਾਲਾ ਨੂੰ ਚੁਈਆਂ ਮੂੰਹਾਂ ਨੂੰ ਸਰਦਾਰ ਨਹੀਂ ਭਰੀ ਬੈਠਾ ਲੈ। ਦੱਸ ਯਾਰ ਬੈਠ ਜਾ, ਤੂੰ ਬੈਠ ਕੇ ਗੱਲ ਕਰ ਯਾਰ, ਮੈਂ ਨਹੀਂ ਬਿੰਦੀ ਬੁੰਦੀ ਤੇਰੇ ਨਾਲ ਯਾਰ। ਸੌਰੀ ਮਨਪ੍ਰੀਤ ਯਾਰ, ਯਾਰ ਕਰੋ ਯਾਰ, ਉਹੀ ਫੇਰ ਬਹਿਸ ਯਾਰ ਤੇਰੀ। ਮੇਰੀ ਗੱਲ ਸੁਣ ਲਾ, ਨਾਲ ਤਾਂ ਪਾਉ ਤੇਰਾ ਖਲਾਰਾ, ਨਾਲੇ ਉਹ ਤੇਰੀ ਚੂਈ ਮੂਈ ਜੀ ਦਾ। ਯਾਰ ਕੁਛ ਨਹੀਂ ਹੈਗੀ ਯਾਰ, ਉਹ ਥੋੜੀ ਆ ਯਾਰ, ਜਿੱਥੇ ਧੱਕੇ ਖਾਣੇ ਨਾ ਖਾ, ਪਾਗਲ ਤਾਂ ਮੈਂ ਸੀ ਯਾਰ, ਮੈਨੂੰ ਸਮਝ ਨਹੀਂ ਆਉਂਦੀ ਭਗਵੰਤ ਮਾਨ ਨਾਲ ਬੈਠਾ ਸੈਕਟਰੀਏਟ, ਸੋਚ ਲਏ ਦੀ ਵੀ 52 ਸਵਾਰੀਆਂ ਵਾਲਾ ਫੈਸਲਾ ਰੱਖੀਏ ਕਿ ਵਾਪਸ ਲਈਏ, ਕੱਟ ਫੋਨ। ਮਸਾਂ ਗੱਲ ਬਣੀ ਸੀਗੀ, ਸਾਰਾ ਖਰਾਬ ਕਰਕੇ ਧਰਤਾ। ਖਾਲਾ ਖਾਲਾ ਮੇਰੇ ਸਲੇ ਦੀਏ, ਬਾਹਰ ਕੀ ਝਾਕਦੀ ਹੈ, ਮੈਨੂੰ ਪਤਾ ਕੀ ਭਾਲਦੀ ਹੈ ਤੂੰ, ਤੇਰੇ 'ਤੇ ਅੱਡ ਜਵਾਨੀ ਚੜ੍ਹੀ ਆ, ਗਿੱਟੇ ਸਾਂਗ ਦੂ ਤੇਰੇ ਗਿੱਟੇ ਮੇਰੇ ਸਲੇ ਦੀ। ਕੀ ਬੋਲੀ ਹੈ ਨਾ, ਜਾਨਵਰਾਂ 'ਤੇ ਕੀ ਜਵਾਨੀ ਚੜ੍ਹਦੀ ਹੁੰਦੀ ਆ, ਚੱਜ ਨਾਲ ਬੋਲ ਜਿਹੜੀ ਗੱਲ ਕਹਿਣੀ ਹੈਗੀ। ਹਾਂ ਹਾਂ ਤੈਨੂੰ ਹੀ ਕਹਿੰਦਾ। ਕੀ ਕਹਿੰਦਾ ਮੈਨੂੰ, ਤੂੰ ਮੇਰਾ ਕੀ ਦੇਖ ਲਿਆ ਜਵਾਨੀ ਚੜ੍ਹਦੀ ਨੂੰ? ਉਹ ਕਿਹੜੇ ਆਪਦੇ ਖਸਮ ਨੂੰ ਰੋਜ਼ ਬੁਲਾ ਕੇ ਇੱਥੇ ਗੱਲਾਂ ਮਾਰਦੀਆਂ, ਚਾਹ ਪਿਆਉਣੀਆਂ ਨੂੰ ਲਿਆ ਲਿਆ ਕੇ ਇੱਥੇ, ਕੀ ਲੱਗਦਾ ਤੇਰਾ? ਉਹ ਆਊਗਾ, ਉਹ ਕੁੜੀ ਅਗਲੇ ਨੇ ਨੌਕਰੀ ਲਵਾਉਣੀ ਹੈਗੀ ਸਰਕਾਰੇ ਦਰਬਾਰੇ, ਗੱਲ ਅਗਲੇ ਦੀ, ਉਹ ਜਿਹੜਾ ਕੀ ਵੱਜਦਾ ਉਹ ਟਿੱਡੇ ਕਾ ਭੁਮੱਕੜ ਕੀ ਆ ਉਹਦਾ, ਭਗਵੰਤ ਮਾਨ ਦਾ, ਉਹਨਾਂ ਸਿੱਧੀ ਤਾਂ ਬੈਠਣੀ ਉੱਠਣੀ ਆ ਜੀ। ਜੇ ਭਗਵੰਤ ਮਾਨ ਨਾਲ ਸਿੱਧੀ ਹੋਏ ਨਾ, ਆਪਣੇ ਘਰ ਨੂੰ ਸਿੱਧਾ ਨਾ ਆਵੇ ਉਹ, ਮੈਂ ਬਥੇਰਾ ਚਿਰ ਚੁੱਪ ਰਿਹਾ, ਹੁਣ ਮੈਂ ਸਾਰਾ ਪਿੰਡ ਇਕੱਠਾ ਕਰੂੰਗਾ। ਤੂੰ ਕਰ ਪੰਚਾਇਤ ਇਕੱਠੀ, ਤੂੰ ਕਰ ਪਿੰਡ ਇਕੱਠਾ, ਮੈਂ ਵੀ ਸਾਰੇ ਰਿਸ਼ਤੇਦਾਰ ਬੁਲਾਉਂਗੀ, ਵੀ ਤੰਗ ਕਰਦਾ ਸਾਨੂੰ ਦੋਨਾਂ ਮਾਵਾਂ ਧੀਆਂ ਨੂੰ, ਮੈਨੂੰ ਰੰਡੀ ਤੀਵੀ ਨੂੰ ਮੈਨੂੰ ਰੰਡੇ ਪਾਣੀ ਕੱਟਣ ਦਿੰਦਾ ਇਹ। ਮੈਂ ਵੀ ਲੱਤ ਤੋੜੂ ਮੇਰੇ ਸਲੇ ਦੀ ਲੰਗੜੇ ਦੀ ਦੂਜੀ ਵੀ, ਜੇ ਘਰੇ ਵੜ ਗਿਆ ਉਹ। ਜਾ ਭਾਈ ਜਾ, ਤੂੰ ਤੁਰ ਜਾ ਲੰਗੜੇ ਦੇ ਨਾਲ। ਮੈਂ ਕਾਹਤੋਂ ਜਾਵਾਂ, ਮੇਰਾ ਤਾਂ ਘਰ ਹੈਗਾ, ਮੈਂ ਤਾਂ ਜ਼ਮੀਨ ਜਾਇਦਾਦ ਵਾਲੀ ਹੈਗੀ, ਮੇਰੇ ਘਰ ਤਾਂ ਲੱਖ ਰੁਪਏ ਦਾ ਟਰੈਕਟਰ ਖੜਾ ਹੈਗਾ, ਤੂੰ ਨਿਕਲ ਜਿਹੜਾ ਇੱਥੇ ਤੁਹਾਡੇ ਟੁਕੜਿਆਂ 'ਤੇ ਪਲਦਾਂਗਾ। ਮੈਨੂੰ ਕੋਈ ਮਤਲਬ ਨਹੀਂ ਤੇਰੇ ਨਾਲ, ਇੱਥੇ ਸਾਡੀ ਧੀ ਰਹਿੰਦੀ ਆ, ਮੈਨੂੰ ਤਾਂ ਉਹਦਾ ਫਿਕਰ ਆ। ਫਿਕਰ ਤੈਨੂੰ ਫੁੱਦੂ, ਤੂੰ ਆਏਗਾ ਨਾ ਮਾਰ ਕੇ ਬਾਲਾ ਕੁਛ, ਤੂੰ ਲੱਗਿਆ ਡੀਸੀ ਤੂੰ। ਉਹ ਤਾਂ ਅਗਲਾ ਮੇਰੀ ਧੀ ਦੇ ਸਿਰ ਤੇ ਹੱਥ ਧਰਦਾ, ਉਹ ਤਾਂ ਕਹਿੰਦਾ ਜਿੱਥੇ ਮਰਜ਼ੀ ਕਹੋ, ਕਹਿੰਦਾ ਮੈਂ ਅੱਜ ਕੁੜੀ ਨੌਕਰੀ ਸਿਰ ਤੇ ਹੱਥ ਕੋਈ ਨੀ ਧਰ ਦੂਗਾ।
ਆ ਕੁਛ ਕਹੋ ਉਹਨੂੰ ਫਿਰਦਾ ਮੈਥੋਂ ਤੂੰ ਮੈਨੂੰ ਹੁਣ ਡਾਂਗ ਨਾ ਕੱਢ ਕੇ ਬਾਹਰ ਰੱਖਣੀ ਪੈਣੀ ਆ ਧੱਕੇ ਮਾਰ ਕੇ ਕੱਢ ਦਿੰਦੀਆਂ ਕੰਮ ਕੁਮ ਕਰਵਾ ਕੇ ਵੱਡਾ ਆਇਆ ਹੇਜੀ ਧੀ ਦਾ ਏਦਾਂ ਹੀ ਤੂੰ ਹੇਜੀ ਸੀ ਤਾਂ ਕੁੜੀ ਦੇ ਨਾਲ ਨੀ ਕਾਹ ਤੂੰ ਨੀ ਗਿਆ ਉਹ ਤਾਂ ਵਿਚਾਰੀ ਲੋਕਾਂ ਦੀਆਂ ਮਿਹਨਤਾਂ ਕਰਦੀ ਫਿਰਦੀ ਆ ਕਦੇ ਕਿਹਨੂੰ ਪੁੱਛਦੀ ਆ ਤੇ ਕਦੇ ਕਿਹਨੂੰ ਪੁੱਛਦੀ ਹੈਗੀ ਬੇਕਦਰ ਆ ਕਿਸੇ ਥਾਂ ਦਾ ਆਪਦੀ ਆਥਣੀ ਦੀ ਰੋਟੀ ਦਾ ਹੀਲਾ ਕਰ ਲਾ ਇੱਧਰ ਨਾ ਹੀ ਜਿੱਥੇ ਮਰਜ਼ੀ ਖਾ ਗੁਰਦੁਆਰੇ ਜਾਣਾ ਗੁਰਦੁਆਰੇ ਜਾਣਾ ਜਾਣਾ ਉੱਥੇ ਖਾ ਹੁਣ ਆਵਾਜ਼ ਨਾ ਮਾਰੀ ਮੈਨੂੰ ਮੈਂ ਤਾਂ ਇੱਥੋਂ ਕੀ ਲੈਣਾ ਗਾ ਸਿੱਧਾ ਹੋ ਕੇ ਨਿਕਲ ਜਾ ਮੈਨੂੰ ਮੱਝ ਖੁੱਲ ਗਈ ਨਾਲ ਦੀ ਨਾਲ ਤੇਰੀ ਆਵਾਜ਼ ਆ ਜਾਣੀ ਆ ਮੈਨੂੰ ਜਾ ਤੂੰ ਇੱਥੋਂ ਤੁਰ ਜਾ ਜਾ ਮੈਥੋਂ ਐ ਮੇਰਾ ਕੁਛ ਕਹਾ ਲਈ ਮੇਰਾ ਵੀ ਬੀਪੀ ਵਧਾਈ ਜਾਣਾ ਗਾ ਤੂੰ ਮੈਂ ਕਾਹਨੂੰ ਭਾਈ ਨੌਕਰੀ ਲਵਾਉਣਾ ਨੌਕਰੀਆਂ ਤਾਂ ਲਵਾਉਣ ਵਾਲਾ ਤੁਰ ਜਾ ਤੂੰ ਆ ਹੁਣੇ ਬੁਲਾ ਲੈਣਾ ਤੁਸੀਂ ਡਾਂਗ ਪਈ ਆ ਬਾਹਰ ਹੁੰਦੇ ਹੁੰਦੇ ਰੰਡੀ ਤੀ ਵੀ ਰੰਡੇ ਆਪਾਂ ਕੱਟ ਲੂ ਪਰ ਤੇਰੇ ਅਰਗੇ ਨਹੀਂ ਕੱਟਣ ਦਿੰਦੇ ਜਿਹੜੇ ਵਿੱਚ ਬੈਠੇ ਜੜਾਂ ਦੇ ਕੋਈ ਨਹੀਂ ਆ ਬਾਹਰ ਹੀ ਬੈਠਾ ਮੈਂ ਡਾਂਗ ਹੋਊਗੀ ਮੇਰੇ ਹੱਥ 'ਚ ਵੇਖੀ ਮੇਰੇ ਸਾਲੇ ਦਾ ਸਿਰ ਪਾੜਦਾ ਮੈਂ ਚੱਲ ਤੂੰ ਚੱਲ ਚੱਲ ਜਿਵੇਂ ਕਰੇਗਾ ਮੈਂ ਵੀ ਉਵੇਂ ਕਰੂੰਗੀ ਤੂੰ ਦੇਖ ਲਈ ਦੇਖ ਲਈ ਚੱਲ 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 ਬੜਾ ਹਕਾਰ ਆ ਹੈ ਮੰਮੀ ਜਿਹੜੀ ਆਪਣੀ ਪੰਮੀ ਭੂਆ ਦੀ ਕੁੜੀ ਨਹੀਂ ਕੈਨੇਡਾ ਭੇਜੀ ਕੱਲ੍ਹ ਭਲਾ ਉਹਦਾ ਜਨਮ ਦਿਨ ਸੀ ਪਤਾ ਨਹੀਂ ਭਾਈ ਮੈਨੂੰ ਤਾਂ ਮੰਮੀ ਪਤਾ ਰਾਤ ਉਹਨੇ ਨਾ ਮੈਨੂੰ ਲੱਗਦਾ 12 ਵਜੇ ਦਾ ਟਾਈਮ ਹੋਣਾ 5-6 ਮੁੰਡੇ 5-6 ਕੁੜੀਆਂ ਗੱਡੀਆਂ ਅਤੇ ਦਾਰੂ ਦੀਆਂ ਬੋਤਲਾਂ ਰੱਖ ਕੇ ਜਨਮ ਦਿਨ ਮਨਾ ਰਹੇ ਸੀਗੇ ਅੱਛਾ ਵਟਸਐਪ ਅਤੇ ਇੰਸਟਾਗ੍ਰਾਮ 'ਤੇ ਸਟੋਰੀਆਂ ਪਾ ਰੱਖੀਆਂ ਸੀ ਤੈਨੂੰ ਨੈੱਟ ਤੋਂ ਪਤਾ ਲੱਗਾ ਹਾਂ ਮੰਮੀ ਮੈਂ ਦੇਖੀਆਂ ਸੀਗੀਆਂ ਇੰਸਟਾ 'ਤੇ ਪਾ ਰੱਖੀਆਂ ਸੀ ਸਟੋਰੀਆਂ ਕੁੜੀ ਨੈੱਟ 'ਤੇ ਵੀ ਇੱਦਾਂ ਦੀਆਂ ਚੀਜ਼ਾਂ ਪਾ ਦਿੰਦੀ ਇਹ ਲੈ ਹੋਰ ਮੰਮੀ ਉਹ ਤਾਂ ਮਿੰਟ ਮਿੰਟ ਸਟੇਟਸ ਪਾਉਂਦੇ ਨੇ ਵੀ ਆਹ ਹੋ ਰਿਹਾ ਆਹ ਹੋ ਰਿਹਾ ਭਲਾ ਦੱਸ ਕਿਹੋ ਜਿਹੇ ਚੱਜ ਕਰਦੀ ਆ ਭੂਆ ਵਿਆਹ ਨਹੀਂ ਸਕਦੀ ਉਹਨੂੰ ਵਿਆਹ ਕੇ ਪਰੇ ਕਰੇ ਜੇ ਵਿਆਹ ਰੱਖ ਦਿੱਤਾ ਇੱਥੇ ਆਪਾਂ ਨੂੰ ਖਰਚਾ ਆ ਜਾਣਾ ਕਿਉਂ ਮੰਮੀ ਆਪਾਂ ਨੂੰ ਕਾਹਦਾ ਖਰਚਾ ਲੈ ਸ਼ੱਕ ਨਹੀਂ ਭਰੇਂਗੀ ਤੂੰ 1.5-2 ਲੱਖ ਰੁਪਈਆ ਲੱਗਣਾ ਫਿਰ ਮੰਮੀ ਇਹੋ ਜਿਹੇ ਕੰਮ ਚੰਗੇ ਲੱਗਦੇ ਨੇ ਉਰੇ ਤਾਂ ਇੰਨੀ ਸਾਊ ਬਣ ਕੇ ਰਹਿੰਦੀ ਸੀ ਕਦੇ ਸਿਰ ਤੋਂ ਚੁੰਨੀ ਨਹੀਂ ਲਾਹੀ ਜਿਵੇਂ ਬੜੀ ਸਾਊ ਹੁੰਦੀ ਆ ਕੁੜੇ ਇੱਥੇ ਤਾਂ ਉਹਦੇ ਮੂੰਹ 'ਚ ਜ਼ਬਾਨ ਹੈ ਨਹੀਂ ਸੀ ਕਾਲਜ ਵੀ ਜਾਂਦੀ ਸੀ ਸਿਰ 'ਤੇ ਚੁੰਨੀ ਲੈ ਕੇ ਜਾਂਦੀ ਸੀ ਭਾਈ ਜਿੱਦਾਂ ਦਾ ਬਾਹਰਲਾ ਮਾਹੌਲ ਵਾ ਉਵੇਂ ਦੀ ਹੋ ਗਈ ਹੁਣ ਸਾਨੂੰ ਕੀ ਜੇ ਪੰਮੀ ਨੂੰ ਦੱਸੀਏ ਤਾਂ ਅਗਲੀ ਸਾਡੇ ਸਿਰ ਨੂੰ ਪਊਗੀ ਸਾਨੂੰ ਕੀ ਲੋੜ ਆ ਕਹਿਣ ਦੀ ਪੁੱਤ ਫਿਰ ਵੀ ਮੰਮੀ ਮਾੜਾ ਮੋਟਾ ਤਾਂ ਉਹਨੂੰ ਸੋਚਣਾ ਚਾਹੀਦਾ ਨਾ ਹੁਣ ਜੇ ਘਰਦਿਆਂ ਨੇ ਭੇਜਦਾ ਉੱਥੇ ਚੱਜ ਦੇ ਕੰਮ ਤਾਂ ਕਰੇ ਜਾ ਕੇ ਚੱਲ ਭਾਈ ਨਾਲ ਸਾਡੇ ਵਰਗਿਆਂ ਦੀ ਵੀ ਫਿਰ ਬਦਨਾਮੀ ਹੋਣੀ ਆ ਜੇ ਕੋਈ ਇਹੋ ਜਿਹਾ ਕੰਮ ਕਰ ਲਿਆ ਲੈ ਸਾਡੇ ਵਰਗਿਆਂ ਨਾਲ ਕੌਣ ਗੱਲ ਕਰਦਾ ਆ 6 ਮਹੀਨੇ ਹੋ ਗਏ ਜਦੋਂ ਪੰਮੀ ਦੇ ਮੈਂ ਗਈ ਸੀ ਉਦੋਂ ਮੇਰੀ ਤਾਂ ਗੱਲ ਕਰਵਾਤੀ ਮੁੜ ਕੇ ਕਿਸੇ ਨੇ ਨਹੀਂ ਕਰਾਈ ਨਾ ਸਾਨੂੰ ਕਦੀ ਫੋਨ ਕੀਤਾ ਸਾਡੇ ਕੋਲ ਤਾਂ ਨੰਬਰ ਵੀ ਨਹੀਂ ਆ ਤੇਰੇ ਕੋਲ ਨੰਬਰ ਆ ਤਾਂ ਤੈਨੂੰ ਨੈੱਟ 'ਤੇ ਪਤਾ ਲੱਗ ਜਾਂਦਾ ਮੰਮੀ ਉਹਦੇ ਘਰ ਦੇ ਵੀ ਤਾਂ ਦੇਖਦੇ ਹੀ ਹੋਣੇ ਜਿਹੜੀਆਂ ਸਟੋਰੀਆਂ ਪਾਉਂਦੀ ਆ ਕਿਹੜਾ ਮੈਂ ਇਕੱਲੀ ਦੇਖੀ ਆ ਚੱਲ ਸਾਨੂੰ ਕੀ ਜਮਾ ਹੀ ਨਹੀਂ ਰੋਕਦੇ ਹੈਗੇ ਨੀ ਤੈਨੂੰ ਮੌਜ ਕਰਾਵਾਂ ਹਾਂ ਨੀ ਤੈਨੂੰ ਗੁਫਾ ਕਮਾਵਾਂ ਹਾਂ ਨੀ ਤੈਨੂੰ ਡੇਰਾ ਕਮਾਵਾਂ ਹਾਂ ਓਏ ਠੀ ਚਾਚੀ ਜਿਵੇਂ ਗੱਦੇ ਜੇ ਬਾਹਰ ਕੱਢ ਰੱਖੇ ਨੇ ਇਹਨਾਂ ਨੇ ਜਪਨਾਮ ਚਾਚੀ ਜਪਨਾਮ ਬਗੜਾ ਆ ਜਾ ਧੁੱਪ ਹੈਗੀ ਅੱਜ ਤਾਂ ਹੈ ਹੋਰ ਕਈ ਦਿਨਾਂ ਬਾਅਦ ਤਾਂ ਧੁੱਪ ਕੱਢੀ ਆ ਮਸਾਨ ਠੰਡ ਹੈਗੀ ਬਹੁਤ ਸੀ ਗੱਦੇ ਵੀ ਬਾਰੇ ਕੱਢ ਰੱਖੇ ਨੇ ਝਾੜ ਦੇ ਦੀ ਹੋਰ ਮੈਂ ਕਿਹਾ ਮਾੜ ਜੇ ਧੁੱਪ ਲਵਾ ਲਈਏ ਆ ਲੈ ਚਾਚੀ ਚੀਜ਼ ਲਿਆ ਤੇਰੇ ਵਾਸਤੇ ਇੱਕ ਇਹ ਕੀ ਟਾਈਮ ਪੀਸ ਲਿਆਇਆ ਹੋ ਚਾਚੀ ਟਾਈਮ ਪੀਸ ਨਹੀਂ ਹੈਗਾ ਇਹ ਹਾਂ ਪੀ ਜਾਏਗਾ ਦੇ ਖਾਣ ਵਾਲੀ ਚੀਜ਼ ਆ ਲੈ ਰੋਟ ਲਾਇਆ ਸੀ ਕਿਸੇ ਨੇ ਰੋਟ ਨਹੀਂ ਚਾਚੀ ਇਹ ਤਾਂ ਮਤਲਬ ਕਿ ਸ਼ਹਿਰਾਂ ਜਿਹਾਂ 'ਚ ਖਾਂਦੇ ਹੁੰਦੇ ਨੇ ਕਿ ਆ ਸਾਰਾ ਕੁਛ ਇਹਦੇ ਪਨੀਰ ਲੱਗਿਆ ਹੁੰਦਾ ਮੱਕੀ ਦੇ ਦਾਣੇ ਜੇ ਟਮਾਟਰ ਗੰਢੇ ਜੇ ਲਾਏ ਹੁੰਦੇ ਨੇ ਅੱਛਾ ਤਾਂ ਉਹ ਨੇ ਖੁੰਬਾਂ ਵੀ ਨੇ
ਇਹ ਤਾਂ ਮੱਕੀ ਦੀ ਰੋਟੀ ਵਰਗਾ ਲੱਗਦਾ। ਹਾਂ ਮੱਕੀ ਰੋਟੀ ਵਰਗੀ ਹੁੰਦਾ ਚਾਚੀ। ਲੈ ਖਾ ਲਈ ਤੂੰ, ਤੜਕੇ ਲੰਗਰ ਲਾਇਆ ਜੀ ਬਾਬਾ ਜੀ ਨੇ ਉੱਥੇ ਡੇਰੇ 'ਚ। ਅੱਛਾ ਹਾਂ, ਕਹਿੰਦਾ ਤੜਕੇ ਨਾਸ਼ਤੇ ਜੀ ਵਰਤਾ ਤੇ ਸਾਰਿਆਂ ਨੂੰ, ਖਾਓ ਕਹਿੰਦਾ ਕਰੋ ਐਸ਼। ਤੂੰ ਖਾ ਲਿਆ? ਮੈਂ ਤਾਂ ਖਾ ਲਿਆ ਚਾਚੀ, 10 ਪੀਜ਼ੇ ਆਏ ਦੀ ਫਿਰ। ਅੱਛਾ 9 ਪੀਜ਼ੇ ਮੈਂ ਵੰਡਿਆ ਹੋਰ ਕਿਸੇ ਦੇ। ਅੱਛਾ ਚੱਲ ਭਾਈ, ਇੱਕ ਮੈਂ ਹੁਣ ਚਾਚੀ ਨੂੰ ਖੜਾ ਕੇ ਉਹਦੀਆਂ ਉਹੀ ਜਾਣੇ। ਹੋਰ ਅੱਛਾ, ਜਿਹੜੀ ਆਪਣੇ ਬਾਬੇ ਨੇ ਫਿਲਮ ਬਣਾਈ ਉਹਦਾ ਨਾਂ ਕੀ ਆ? ਉਹਦਾ ਨਾਂ ਚਾਚੀ ਬਸਤਰ ਹਰਨ। ਅੱਛਾ ਹਾਂ, ਬਸਤਰ ਹਰਨ ਨਾਂ ਦੇਖ ਲੈ ਕਿੰਨਾ ਵਧੀਆ। ਹੋਰ ਫਿਲਮ ਵੀ ਉਨੀ ਵਧੀਆ ਬਣੂ। ਚੱਲ ਭਾਈ ਦੇਖਣ ਜਾਵਾਂਗੇ। ਰੱਖੇ ਨੇ ਬਾਬੇ ਨੇ ਉਹ ਚ ਵੀ ਕਿਵੇਂ ਧੱਕਾ ਹੋ ਰਿਹਾ ਅੱਜ ਕੱਲ ਕਿਵੇਂ, ਹਨਾ? ਆਪਾਂ ਵੀ ਦੇਖਣ ਜਾਵਾਂਗੇ। ਹਾਂ ਤੇ ਚਾਚੀ ਸੱਚੋ ਮੈਂ ਕੱਲ ਵਾਲੀ ਗੱਲ ਤਾਂ ਤੈਨੂੰ ਦੱਸਣੀ ਭੁੱਲ ਗਿਆ। ਬਾਬਾ ਜੀ ਕਹਿੰਦੇ ਵੀ ਭਾਈ ਬੰਦੇ ਨੂੰ ਨਾ, ਬੰਦੇ ਦਾ ਦਿਲ ਹੈ ਜਿਹੜਾ ਉਹ ਜਵਾਨ ਰਹਿਣਾ ਚਾਹੀਦਾ। ਵੀ ਜਦੋਂ ਆਪਾਂ ਬਾਹਲਾ ਸਿਆਣਾ ਸਮਝਣ ਲੱਗ ਜਾਂਦੇ ਆਪਦੇ ਆਪ ਨੂੰ, ਉਦੋਂ ਵੀ ਆਪਣਾ ਜਿਹੜਾ ਜਿਹੜਾ ਜ਼ਿੰਦਗੀ ਦਾ ਐਂਜੋਏ ਹੈਗਾ ਉਹ ਖਤਮ ਹੋ ਜਾਂਦਾ ਹੈਗਾ। ਸੰਗਤ ਕਹਿੰਦੀ ਫਿਰ ਬਾਬਾ ਜੀ ਹੁਣ ਕੀ ਕਰੀਏ? ਬਾਬਾ ਜੀ ਕਹਿੰਦੇ ਭਾਈ ਹੁਣ ਮੈਂ ਤੁਹਾਡੇ ਨਾਲ ਲੁਕਣ ਮਚੀਚੀ ਖੇਡੂੰਗਾ ਸੰਗਤ ਨਾਲ, ਦੇਖ ਲੈ ਹੈਂ ਉਹਦੀ ਲੀਲਾ। ਚੱਲ ਸੰਗਤ ਕਹਿੰਦੀ ਵੀ ਖੇਡ ਲੈਂਦੇ ਹਾਂਗੇ। ਕਹਿੰਦੇ ਵੀ ਦੋ ਬੀਬੀਆਂ ਆ ਜਾਓ, ਹੱਥ ਖੜਾ ਕਰੋ ਵੀ ਜਿਹੜੀਆਂ ਮੇਰੇ ਨਾਲ ਲੁਕਣਗੀਆਂ। ਦੋ ਬੀਬੀਆਂ ਮਾਨ ਸਕਣੀ ਦੀਆਂ ਸਗੀਆਂ ਭੈਣਾਂ ਨੇ ਹੱਥ ਖੜੇ ਕਰਤੇ, ਕਹਿੰਦੀਆਂ ਬਾਬਾ ਜੀ ਅਸੀਂ ਲੁਕਾਂਗੇ ਤੁਹਾਡੇ ਨਾਲ ਗੁਫਾ 'ਚ। ਬਾਬਾ ਜੀ ਉਹਨਾਂ ਨਾਲ ਲੁਕ ਗਏ ਗੁਫਾ 'ਚ। 3 ਘੰਟੇ ਸੰਗਤ ਨੂੰ ਦਾ ਚਾਚੀ ਤੇ ਆਈ ਨੀ ਹੈਗੇ, ਚੌਂ ਕੇ ਕਿੱਥੋਂ ਐਡੇ ਮਹਾਂਪੁਰਸ਼ ਹਨ ਭਾਈ, ਭਾਲੀ ਗਏ ਹੱਬ ਕੇ ਬਹਿ ਗਏ ਸ਼ੇਕੜ ਨੂੰ। ਚੌਥੇ ਘੰਟੇ ਕੇਨੂ ਵਾਲੇ ਬਾਗ 'ਚ ਉੱਥੇ ਆਏ, ਨਾਲੇ ਬਾਬਾ ਜੀ ਤੁਰੇ ਹੁਣ, ਨਾਲੇ ਦੋਏ ਭੈਣਾਂ ਝੋਲੀਆਂ ਭਰੀਆਂ ਹੋਈਆਂ ਕੇਨੂਆਂ ਦੀਆਂ, ਕਹਿੰਦੀਆਂ ਤਰ ਗਈਆਂ ਭਾਈ ਸੀ ਤਾਂ। ਉਹ ਤਾਂ ਸੱਚੀਆਂ ਤਰ ਗਈਆਂ, ਬਾਲੇ ਨਾਟ ਖੜਨੇ ਚਾਚੀ ਬਾਬਾ ਜੀ ਹਨਾ, ਐ ਨਹੀਂ ਪਤਾ ਦੇਖ ਲੈ ਕੀ ਕਰ ਦੇਣ। ਵੇ ਬੱਗੜਾ ਅਗਲੇ ਵੀਰਵਾਰ ਨੂੰ ਮੈਨੂੰ ਵੀ ਲੈ ਜਾਈਂ, ਕੀ ਪਤਾ ਬਾਬਾ ਮੇਰੇ ਨਾਲ ਵੀ ਲੁਕਣ ਮਚੀਚੀ ਖੇਡ ਲੇ। ਆ ਤੇਰੇ ਨਾਲ ਨਹੀਂ ਚਾਚੀ, ਉਹ ਤਾਂ ਜਿਹੜੇ ਨਵੇਂ ਪੁਰਾਣੀ ਆਉਂਦੇ ਨੇ ਛੋਟੀ ਉਮਰ ਦੇ ਉਹਨਾਂ ਨਾਲ ਖੇਡਦਾ ਜ਼ਿਆਦੇ। ਅੱਛਾ, ਖੇਡਣ ਖੇਡਣ 'ਚ ਫਰਕ ਹੁੰਦਾ ਦੇਖ ਲੈ। ਲੁਕਣ ਮਚੀਚੀ ਤਾਂ ਆਪਾਂ ਵੀ ਛੋਟੇ ਹੁੰਦੇ ਖੇਡਦੇ ਸੀ, ਉਈ ਫੜੇ ਜਾਂਦੇ 5 ਮਿੰਟਾਂ 'ਚ ਕਹਿੰਦੇ ਸੀ ਥਾਪਾ ਲੈ। ਸਹੀ ਗੱਲ ਹੈ, ਚਲੋ ਭਾਈ ਉਹਦੀਆਂ ਉਹੀ ਜਾਣੇ। ਸਹੀ ਗੱਲ ਹੈ ਚਾਚੀ, ਉਹ ਭੈਣਾਂ ਤਾਂ ਤਰ ਗਈਆਂ। ਤਰ ਗਈਆਂ ਚਾਚੀ ਤਾਂ, ਚਲੋ ਭਾਈ ਸਾਡੇ ਪਤਾ ਨਹੀਂ ਲੋੜ ਨਹੀਂ ਸਾਰੀ ਉਮਰ ਕਦੋਂ ਕਰਮ ਖੁੱਲਣੇ ਆ। ਬਾਬਾ ਸਾਡੇ ਨਾਲ ਵੀ ਲੁਕਣ ਮਚੀਚੀ ਖੇਡੇ, ਸਾਡੇ ਕਰਮ ਨੇ ਕਿੱਥੇ ਹੋਰ ਸੇਵਾ ਲੱਗ ਜੂ ਚਾਚੀ ਤੇਰੀ ਕੋਈ। ਚਲੋ ਭਾਈ ਉਹ ਵੀ ਜੇ ਕਿਸੇ ਨੇ ਸੇਵਾ ਮੇਰੀ ਲੈਣੀ ਹੋਈ ਤਾਂ ਬਾਬਾ ਲੈ ਲਊਗਾ, ਨਹੀਂ ਤਾਂ ਅਸੀਂ ਤੁਰੀ ਫਿਰੀ ਜਾਂਦੇ ਆ। ਬਸ ਉਹ ਤਾਂ ਆਪਣੇ ਚਰਨਾਂ ਦੀ ਧੂੜ ਸਾਨੂੰ ਬਣਾ ਕੇ ਰੱਖੇ, ਹੋਰ ਸਾਨੂੰ ਕੀ ਚਾਹੀਦਾ। ਚਾਚੀ ਇੱਕ ਗੱਲ ਹੈ, ਤੂੰ ਵਚਨਾਂ ਤੇ ਖੜਦੀ ਨਹੀਂ ਹੈਗੀ, ਮੈਨੂੰ ਲੱਗਦਾ ਤੂੰ ਵੀ ਹੁਣ ਭੱਜਣ ਲੱਗ ਗਈ ਬਾਬਾ ਜੀ ਤੋਂ। ਵੀ ਕਿਵੇਂ ਭੱਜਦੀ ਆ? ਆਹ ਦੇਖ ਲੈ, ਜਿਵੇਂ ਮੈਂ ਆਹ ਲਾ ਕੇ ਰੱਖਦਾ 24 ਘੰਟੇ ਵੀ ਜਿਹਨੇ ਦੇਖਣਾ ਦੇਖ ਲਓ, ਤੂੰ ਲਾਉਂਦੀ ਆਹ ਦੇਖ ਲਾ ਲੁਕੋ ਕੇ ਰੱਖਦੀਆਂ। ਜਦੋਂ ਤਾਂ ਤੇਰਾ ਚਾਚਾ ਹੁੰਦਾ ਹਚਿਆਉਰਾ ਘਰ, ਉਦੋਂ ਤਾਂ ਲੁਕੋ ਕੇ ਰੱਖਦੀਆਂ, ਅੰਦਰਲੇ ਪਾਸੇ ਲਾ ਕੇ ਰੱਖਦੀਆਂ, ਜਦੋਂ ਉਹ ਵਗ ਜਾਂਦਾ ਉਦੋਂ ਮੈਂ ਲਾ ਕੇ ਰੱਖਦੀ ਆ। ਆ ਦੇਖ ਲੈ ਦੇਖ ਲੈ ਨਾ। ਠੀਕ ਆ ਚਾਚੀ, ਰੱਖਣਾ ਚਾਹੀਦਾ, ਆਪਣਾ ਫਰਜ਼ ਬਣਦਾ ਚਾਚੀ। ਆਪਾਂ ਨਰਾਲਾ ਬਾਬਾ ਤਾਂ ਦਿਲ 'ਚ ਵਸਾਇਆ ਆ, ਉਹ ਦਿਲ 'ਚ ਡੇਰੇ ਦੇ ਦਿਲ 'ਚ ਤਾਂ ਇੱਕ ਮਿੰਟ ਲਈ ਬਾਹਰ ਨਹੀਂ ਹੁੰਦਾ, ਉਹ ਨਹੀਂ ਹੁੰਦਾ ਦਿਲ 'ਚ ਬਾਹਰ। ਚੱਲ ਐ ਕਰੀ ਫਿਰ ਤੂੰ ਜਾ ਕੇ ਦੇਖ ਲਈ ਕਿਹੜਾ ਵੀਰਵਾਰ ਨੂੰ ਹੈਂ, ਦੱਸ ਕੀ ਪਤਾ ਹੁੰਦਾ ਮਨ 'ਚ ਹੀ ਆ ਜੇ ਬਾਬੇ ਦੇ। ਲੈ ਕੇ ਖੇਡੂਗਾ ਨਾ ਲੁਕਣ ਮੀਚੀ, ਤੇ ਮੇਰੇ ਨਾਲ ਲੁਕਣ ਮੀਚੀ ਖੇਲ ਲਵੇ ਨਾ। ਹਾਂ ਖੇਡੂਗਾ ਚਾਚੀ, ਚੰਗਾ ਚਾਚੀ ਹੈ, ਮੈਂ ਤਾਂ ਆਹੀ ਫੜਾਉਣ ਆਇਆ ਦੀਗਾ। ਚਾਹ ਦਾ ਘੱਟ ਪੀ ਮੈਂ ਸੇਵਾ ਨਾ ਚਾਚੀ, ਚਾਹ ਤੂੰ ਵੀ ਖਾ ਲਾ, ਮੈਂ ਤਾਂ ਉਹੀ ਪਰਚੀਆਂ ਕੱਢਦਾ ਫਿਰਦਾ। ਚੱਲ ਹੁਣ ਇੱਧਰ ਜਾਉਂ ਲੈਰੇ ਕਨੀ। ਚੰਗਾ ਚਾਚੀ, ਚੰਗਾ ਜਪ ਨਾਮ, ਜਪ ਨਾਮ ਭਾਈ, ਜੈ ਨਰਾਲੇ ਬਾਬੇ ਦੀ। ਲੈ ਕੁੜੇ ਮੈਂ ਤਾਂ ਕਿਹਾ ਸੀ ਪਾਥੀਆਂ ਦੇਖਦੀਆਂ ਤੇ ਇਹ ਤਾਂ ਜਮਾਂ ਹੀ ਪਾਣੀ ਵਰਗੀਆਂ ਪਈਆਂ। ਲੈ ਧੁੱਪ ਦਾ ਮਾਵੇਂ ਮਾੜੀ ਮੋਟੀ ਨਿਕਲੀ ਸੀ, ਸੁੱਕੀਆਂ ਕਿੱਥੇ ਆ ਇਹ
ਹੋਰ ਉਹੀ ਤਾਂ ਗੱਲ ਹੈ, ਚੱਲ ਫਿਰ ਰਹਿ ਲੈ। ਪਟਲ ਦੇ ਧਿਆਨ ਨਾਲ, ਹੋਰ ਕਿਤੇ ਇੱਥੇ ਪੈਰਾਂ ਦਾ ਲੱਗਿਆ ਸਾਰਾ ਸਮਾਨ। ਕੁੜੀ ਤਰੰਤ ਲਾ ਗਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸੰਗਰੂਰ ਆਇਆ ਸੀ ਭਗਵੰਤ ਮਾਨ, ਮੈਨੂੰ ਉੱਥੇ ਫਿਰ ਬੁਲਾ ਲਿਆ, ਬੈਠੇ ਦੇ 58 ਜਣੇ ਹੋਰ। ਇਹਦੇ ਭਾਈ ਡੇੜੀ ਦੇ ਉਹ ਗੁੱਠਾ ਭਾਲਦਾ, ਉਹ ਕਹਿੰਦਾ ਵੀ ਗੁੱਠਾ ਲਾ ਕੇ ਦਿਓ ਉਹਦੇ ਡੇੜੀ ਦਾ, ਪੰਜ ਨੰਬਰ ਪੰਜ ਦੇਣੇ ਨੇ ਆਪਾਂ ਨੇ ਕਹਿੰਦਾ। ਅਤੇ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਉਹਨਾਂ ਨੂੰ ਤਾਂ ਪੂਰੇ ਹੋਏ ਨਹੀਂ ਕਿੰਨੇ ਸਾਲ ਹੋ ਗਏ ਜੀ। ਮੈਂ ਹੁਣ ਇਹ ਗੱਲ ਕਹੀ ਨਹੀਂ ਨਾ ਵੀ ਐਂ ਪੂਰੇ ਹੋ ਕੇ ਸਾਲ ਹੋ ਗਏ ਕਿ ਨਾ ਹੋ ਗਏ। ਅੱਛਾ। ਉਹ ਕਹਿੰਦਾ ਵੀ ਭਰਪੂਰ ਸਿਆਂ ਵੀ ਇਹਦੇ ਵੀ ਬਾਪ ਦਾ ਗੁੱਠਾ ਲਵਾ ਲਿਆ ਤੇ ਮਹਾਂ ਜੀ ਕੋਈ ਨਾ ਲਵਾ ਲਿਆ ਹੁਣ। ਅੰਕਲ ਜੀ ਫਿਰ ਡੈਡੀ ਤਾਂ ਹੈ ਨਹੀਂ ਹੁਣ। ਡੈਡੀ ਹੈ ਨਹੀਂ ਭਾਈ ਹੁਣ, ਬਾਈ ਤਾਂ ਮੈਂ ਤਾਂ ਆਪ ਸਮਾਂ ਦੀ ਦੋ ਵਾਰੀ ਆਉਂਦੇ ਆਉਂਦੇ ਮੈਂ ਤਾਂ ਮਨ ਭਰਿਆ ਕਹਿੰਦਾ ਪਰਿਵਾਰ। ਚੱਲ ਕੋਈ ਨਹੀਂ ਜੀ, ਤੁਸੀਂ ਨਾ ਮਨ ਖਰਾਬ ਕਰੋ, ਇਹ ਤਾਂ ਫਿਰ ਜਿਵੇਂ ਪਰਿਵਾਰ ਮੈਂ ਨਾ ਭਾਈ ਲਿਖਦੀਆਂ ਨਾ ਬਹੁਤ ਔਖਾ ਭਾਈ ਪਰਿਵਾਰ, ਇਹ ਤਾਂ ਹੈਗੇ। ਇਹ ਤਾਂ ਮੈਨੂੰ ਪੁੱਛ ਭਾਈ, ਮੈਨੂੰ ਕਿੰਨਾ ਔਖਾ ਲੱਗਦਾ ਜਦੋਂ ਲੋੜ ਹੁੰਦੀ ਹੈ ਕਿਸੇ ਸਮੇਂ ਉਦੋਂ ਤਕਲੀਫ ਹੁੰਦੀ ਹੈ। ਸਹੀ ਗੱਲ ਹੈ। ਵੈਸੇ ਅੰਕਲ ਜੀ ਜਦੋਂ ਵੀ ਸਾਡਾ ਕੋਈ ਕੰਮ ਮੜਦਾ ਜਾਂ ਡੈਡੀ ਦੀ ਜਿੱਥੇ ਲੋੜ ਪੈਂਦੀ ਹੈ ਨਾ ਉੱਥੇ ਤਾਂ ਡੈਥ ਸਰਟੀਫਿਕੇਟ ਲੱਗਦਾ ਡੈਡੀ ਦਾ। ਹਾਂਜੀ ਹਾਂ, ਅੱਗੇ ਅਸੀਂ ਉਹ ਲਾਉਣੇ ਹੁੰਦੇ ਹੈਗੇ ਭਾਈ। ਉਹ ਖਾਤਰੇ ਵਾਲਾ ਕੰਮ ਹੈ ਵੀ ਕਈ ਵਾਰ ਆਵੇ ਨਾ ਆਵੇ ਨੌਕਰੀ ਹੈ। ਅੱਛਾ, ਤੁਸੀਂ ਐਂ ਕਰੋ ਜੇ ਉਹ ਨਹੀਂ ਤਾਂ ਮੈਂ ਉਹਦਾ ਕਰਾਉਂਦਾ ਜਿਹੜਾ ਤੁਹਾਡੇ ਤਾਇਆ ਬੈਠਾ ਹੁੰਦਾ ਗੇਟ 'ਚ, ਮੈਂ ਕਈ ਵਾਰ ਉਹ ਸ਼ਿਕਾਇਤ ਸਕੂਤ ਨਾ ਕਰਦੇ ਵੀ ਨਕਲੀ ਗੁੱਠਾ ਲੱਗਿਆ ਹੋਇਆ। ਮੈਂ ਕਹਿਣਾ ਹੁਣ ਕਹਿੰਦਾ ਕੰਮ ਇੱਥੇ ਅੜਿਆ ਖੜਿਆ ਵੀ ਬਾਪ ਗੁੱਠਾ ਲਾਵੇ ਭਗਵੰਤ ਮਾਨ ਉਹਦੀ ਹਾਂ ਕਰ ਦੂ। ਹੁਣ ਫਿਰ ਬਾਪ ਕਿੱਥੋਂ ਲੈ ਕੇ ਆਈਏ। ਹਾਂ ਹੁਣ ਇਹ ਤਾਂ ਫਿਰ ਭਾਈ ਹੁਣ ਕਰੋ ਜੀ ਕੋਈ ਹੱਲ, ਕੋਈ ਤੁਹਾਡੀ ਤਾਂ ਫਿਰ ਸਰਕਾਰੀ ਦਰਬਾਰੀ ਪਹੁੰਚ ਹੈ, ਹੱਲ ਤਾਂ ਤੁਸੀਂ ਕੋਈ ਆਈ ਕੋਈ ਕਰੋ ਵੀ ਹੇਠ ਉੱਤਾ ਜਾ ਕਰਕੇ ਕਰਨ ਨੂੰ ਤਾਂ ਭਾਈ ਗੁੱਠਾ ਮੈਂ ਲਾਵਾਂ ਹੈ। ਮੈਂ ਕਹਿੰਦਾ ਵੀ ਕੁੜੀ ਦਾ ਬਾਪ ਮੈਂ ਆ ਭਾਈ, ਫਿਰ ਉੱਥੇ ਗਾਹਾਂ ਕੱਲ੍ਹ ਘਲਾ ਨੂੰ ਕੋਈ ਕਾਚਕਾ ਤੇ ਨਕਲੀ ਗੁੱਠਾ ਲੱਗਿਆ ਮਿਲ ਗਿਆ ਫਿਰ ਖਤਰਾ ਭਾਈ, ਮੈਨੂੰ ਵੀ ਖਤਰਾ ਔਖਾ ਹੈ, ਚੱਕ ਕੇ ਅੰਦਰ ਮਾਰਨਗੇ ਵੀ ਤੂੰ ਸਰਕਾਰੀ ਕਾਗਜ਼ ਗਲਤ ਕਰਾਉਣਾ। ਅੰਕਲ ਜੀ ਐਂ ਤਾਂ ਮੈਨੂੰ ਪਤਾ ਵੀ ਤੁਹਾਡੇ ਲਵੇ ਸਕੀਮਾਂ ਬਹੁਤ ਆ, ਤੁਸੀਂ ਕੋਈ ਇਹੋ ਜਿਹੀ ਸਕੀਮ ਦੱਸੋ ਨਾ ਜਿਹਦੇ ਨਾਲ ਅਸਲੀ ਲੱਗੇ ਸਾਰਾ ਕੰਮ। ਪਤਾ ਬਹੁਤ ਹੱਥ ਉੱਥੇ ਜੋੜੇ ਫਿਰ ਭਗਵੰਤ ਮਾਨ ਫਿਰ ਮੇਰੇ ਮਗਰੀ ਉੱਠ ਕੇ ਆ ਗਿਆ ਜਦੋਂ ਮੈਂ ਗਿਆ, ਸਕੀਮ ਤਾਂ ਉਹ ਦੇਤੀ ਉਹਨੇ ਫਿਰ ਮੈਨੂੰ। ਅੱਛਾ ਜੀ, ਕੀ ਸਕੀਮ ਦਿੱਤੀ? ਉਹ ਤਾਂ ਸੋਫੇ ਤੋਂ ਉੱਠ ਕੇ ਮੇਰੇ ਮਗਰੀ ਤੁਰਿਆ ਮੈਨੂੰ ਕਹਿੰਦਾ ਭਰਪੂਰ ਸਿੰਘ, ਕਹਿੰਦਾ ਵੀ ਸਕੀਮ ਤੱਕ ਹੈਗੀ ਆ ਗੱਲ ਤੇਰੇ ਮੇਰੇ 'ਚ ਹੀ ਰੱਖੀ। ਹਾਂਜੀ। ਕਹਿੰਦਾ ਵੀ ਜੇ ਕੋਈ ਕਹਿੰਦਾ ਕੋਈ ਤੁਹਾਡਾ ਨਕਲੀ ਪਰਿਵਾਰ ਦਿਖਾਇਆ ਜਾਵੇ, ਇੱਕ ਫੋਟੋ ਫੋਟੋ ਕਰਾ ਕੇ ਆਪਾਂ ਉਹਦਾ ਨਕਲੀ ਪਰਿਵਾਰ ਦਿਖਾ ਦਈਏ, ਆਪਾਂ ਕਾਗਜ਼ ਪੱਤਰ ਨਕਲੀ ਲਾ ਕੇ ਇਹਦਾ ਕੰਮ ਹੋ ਜੂ ਹੈ ਨਕਲੀ ਪਰਿਵਾਰ। ਮਤਲਬ ਐਂ ਵੀ ਲਾ ਲਾ ਵੀ ਤੇਰਾ ਹਾਰ ਹੂਰ ਪਾਇਆ ਹੋਵੇ, ਤੇਰੇ ਘਰ ਵਾਲਾ ਵਿਚਾਲੇ ਖੜਿਆ ਹੋਵੇ, ਨਾਲ ਤੇਰੇ ਕੁੜੀ ਖੜੀ ਹੋਵੇ, ਤੁਹਾਡਾ ਪਰਿਵਾਰ ਜਿਹਾ ਲੱਗੂਗਾ, ਉਹ ਫੋਟੋ ਦਿਖਾ ਕੇ ਫਿਰ ਆਪਾਂ ਕਚਹਿਰੀ ਤੋਂ ਕਾਗਜ਼ ਕਰਾ ਲਾਂਗੇ ਹੈ। ਵੀ ਐਂ ਕਰਕੇ ਘਰ ਵਾਲੇ ਘਰ ਵਾਲੀ ਨੇ ਇਹ, ਜੇ ਕੱਲ੍ਹ ਕੱਲ੍ਹ ਨੂੰ ਕੋਈ ਆਸਕਾ ਆਉਂਦਾ ਫਿਰ ਉਹ ਅਫਸਰਾਂ ਮੂਹਰੇ ਦਿਖਾ ਦਾਂਗੇ ਵੀ ਆ ਭਾਈ ਮੇਰੇ ਘਰ ਵਾਲੀ ਆ ਇਹ। ਇਹ ਤਾਂ ਗੱਲ ਤੁਹਾਡੀ ਠੀਕ ਹੈ ਜੀ, ਪਰ ਹੁਣ ਫਿਰ
ਮੈਂ ਭਾਈ ਮੈਂ ਕਹਿਣਾ ਵੀ ਜੇ ਤੁਹਾਡਾ ਉਹ ਮਲੰਗ ਜਾ ਜਿਹੜਾ ਫਿਰ ਗੇਟ 'ਚ ਨਾ ਭਾਈ ਉਹ ਤਾਂ ਚਾਹੇ ਸੋਨੇ ਦਾ ਬਣ ਜੇ ਉਹਦੇ ਤਾਂ ਮੈਂ ਤਾਂ ਨਹੀਂ ਯਕੀਨ ਕਰਦੀ ਹੈ ਉਹ ਬੰਦਾ ਹੈ ਨਹੀਂ ਭਾਈ ਯਕੀਨ ਜੋਗਰਾ ਫਿਰ ਭਾਈ ਦੇਖੋ ਮੈਂ ਕਰ ਲੈਣਾ ਔਖਾ ਸੌਖਾ ਕਾਗਜ਼ ਪੱਤਰ ਗਾਹਾਂ ਗਾਹਾਂ ਗੱਲ ਨਾ ਕਰਿਓ ਬਸ ਉਹ ਨੇਮੋ ਨੇਮ ਵਾਲੀ ਗੱਲ ਆ ਇਹ ਕਿਤੇ ਗਾਹਾਂ ਚੱਖਣਾ ਪੜ ਦਿਓ ਤੁਸੀਂ ਤੁਸੀਂ ਦੇਖ ਲਓ ਕਰ ਲਓ ਨਾਲ ਵੀ ਮੈਂ ਇੰਨਾ ਕਾਗਜ਼ ਆਪਾਂ ਫੋਟੋ ਕੁਛ ਨਹੀਂ ਕਰਨਾ ਭਾਈ ਦੇਖ ਆਪਾਂ ਫੋਟੋ ਕਰਾਉਣੀ ਹੈ ਵਿਚਾਲੇ ਖੜ ਜੂੰਗਾ ਮੈਂ ਆਪਣੇ ਹਾਰ ਪੈ ਜਾਣਗੇ ਦੋਨਾਂ ਜਣੇ ਦੇ ਫੋਟੋ ਕਰਾ ਕੇ ਆਪਾਂ ਉਹ ਦਿਖਾ ਦਾਂਗੇ ਕਚਹਿਰੀਆਂ 'ਚ ਆਪਣੇ ਕਾਗਜ਼ ਬਣਾ ਦੇਣਗੇ ਕਾਗਜ਼ ਬਣਾ ਕੇ ਭਾਈ ਭਾਵਾਂ ਤੂੰ ਹੀ ਰੱਖ ਲਈ ਬਿਸ਼ਰਕਾ ਉਹ ਕੋਈ ਚੱਕਰ ਨਹੀਂ ਮੰਮੀ ਨਕਲੀ ਦਿਖਾਉਣਾ ਤੂੰ ਭਾਈ ਮੈਂ ਕਿਹੜਾ ਤਾਂ ਇੱਥੇ ਰਹਿਣ ਲੱਗਣਾ ਤੂੰ ਆਪਦੇ ਘਰੇ ਮੈਂ ਆਪਦੇ ਘਰੇ ਭਾਈ ਮੈਂ ਤਾਂ ਐਂ ਵੀ ਆਹ ਧੀ ਦਾਣੀ ਦਾ ਬਣ ਜੇ ਕੁਛ ਮੈਂ ਤਾਂ ਐਂ ਕਹਿਣਾ ਅੱਗੇ ਭਾਈ ਤੁਹਾਡੀ ਮਰਜ਼ੀ ਆ ਲਓ ਤੁਹਾਡੇ ਕਾਜ ਸਕੀਮ ਮੈਨੂੰ ਦੱਸਤੀ ਤੀ ਭਗਵੰਤ ਮਾਨ ਨੇ ਅੱਗੇ ਤੁਹਾਡੀ ਮਰਜ਼ੀ ਹੈ ਜੇ ਕੰਮ ਭਾਈ ਹੁੰਦਾ ਠੀਕ ਆ ਕੋਈ ਹੋਰ ਦੇਖ ਲਓ ਨਹੀਂ ਤਾਂ ਸਹੀ ਆ ਮਨ ਜੀ ਅੰਕਲ ਦੀ ਗੱਲ ਮੰਮੀ ਹੋਰ ਆਪਾਂ ਤੜਕੇ ਕਚਹਿਰੀਆਂ 'ਚ ਜਾਵਾਂਗੇ ਕਿਸੇ ਨੂੰ ਨਹੀਂ ਦੱਸਣਾ ਫੋਟੋ ਕਰਾ ਕੇ ਆਪਾਂ ਘਰੇ ਰੱਖ ਲਾਂਗੇ ਕੋਈ ਅਫਸਰ ਆਇਆ ਗੁਰੂ ਮੂਹਰੇ ਕਰਦਾ ਕਰਾਂਗੇ ਵੀ ਹਾਂ ਭਾਈ ਮੈਂ ਤਾਂ ਕਾਗਜ਼ਾਂ 'ਤੇ ਵਿਆਹ ਕਰਾਇਆ ਹੋਇਆ ਹੋਰ ਸਹਿਣ ਦੀ ਤਾਂ ਸਹਿਣ ਡੈਡੀ ਨਾਲੇ ਮੇਰੀ ਗੱਲ ਸੁਣੋ ਭਾਈ ਜੇ ਕਿਸੇ ਹੋਰ ਨਾ ਕਰਾਉਂਗੇ ਉਹਦੇ ਬਾਲ ਬੱਚੇ ਇਤਰਾਜ਼ ਕਰਨਗੇ ਮੇਰੇ ਤਾਂ ਕੋਈ ਬਾਲ ਬੱਚਾ ਹੀ ਨਹੀਂ ਹੈਗਾ ਕੌਣ ਇਤਰਾਜ਼ ਕਰੂਗਾ ਮੈਨੂੰ ਤਾਂ ਇਹ ਵੀ ਕੁੜੀ ਦਾ ਹੋ ਜੇ ਲੜਕੀ ਦਾ ਹੋ ਜੇ ਮੈਨੂੰ ਤਾਂ ਉਹਨੇ ਅਸੀਂ ਜੀ ਫਿਰ ਨਾ ਮੈਂ ਤੁਹਾਨੂੰ ਸੋਚ ਕੇ ਦੱਸੂ ਹਜੇ ਮੇਰਾ ਦਿਮਾਗ ਜਾਂ ਨਹੀਂ ਕੰਮ ਕਰਦਾ ਹਾਂ ਚਲ ਸੋਚ ਲਿਓ ਕੋਈ ਗੱਲ ਨਹੀਂ ਮੈਂ ਦੱਸ ਦਿਓ ਬਸ ਮੈਨੂੰ ਮੈਂ ਹਾਂ ਪੁੱਤ ਟੈਲੀਫੋਨ ਲੈ ਲਾ ਮੈਂ ਅੱਛਾ ਹਾਂ ਇਹ 'ਚ ਭਰ 300 ਦਾ ਲਿਆਂਦਾ ਉਹਨਾਂ ਦੇ ਲੈ ਆਹ ਵਧੀਆ ਕੀਤਾ ਅੰਕਲ ਜਦੋਂ ਮਰਜ਼ੀ ਫੋਨ ਲਾ ਕੇ ਮੇਰੇ ਨਾਲ ਗੱਲ ਕਰ ਲਿਆ ਕਰਿਓ ਇਹ 'ਚ ਤੇਰੀ ਬੀਬੀ ਦਾ ਵੀ ਨੰਬਰ ਭਰ ਦੇ ਭਾਈ ਨਾਲੇ ਮੰਮੀ ਲਵੇ ਨਹੀਂ ਹੈਗਾ ਮੇਰੇ ਕੋਲ ਆ ਮੈਨੂੰ ਲਾ ਲਿਆ ਕਰਿਓ ਚੱਲ ਮੈਂ ਰਿੰਗ ਮਾਰ ਲਈ ਆਪਦੇ ਫੋਨ ਤੇ ਸੇਵ ਕਰ ਲੂੰਗੀ ਨੰਬਰ ਤਾਰਾ ਜਾ ਲਾ ਦੇ ਤੇ ਭਾਈ ਤਾਰਾ ਜਾ ਅੱਛਾ ਮੈਨੂੰ ਪਛਾਣ ਆ ਜੇ ਗੁਰੂ ਤਾਰੇ ਵਾਲੇ ਨੰਬਰ ਤੇਰੇ ਚਲੋ ਫਿਰ ਮੈਂ ਤੁਹਾਨੂੰ ਸੋਚ ਕੇ ਦੱਸੂੰਗੀ ਜੀ ਹੋਰ ਤੁਸੀਂ ਦੇਖਿਓ ਕੋਈ ਨਹੀਂ ਰਹਿ ਕਰਦੇ ਆ ਫਿਰ ਚੰਗਾ ਠੀਕ ਇਹ ਭਾਈ ਰਾਤ ਨੂੰ ਮੈਂ ਲਵੀ ਲਾ ਕੇ ਪੈ ਜਾ ਕਰੂੰਗੀ ਤਾਂ ਭਰ ਜਾ ਕਰੂੰ ਤਾਰਦਾ ਕਰੂੰਗਾ ਇਹਨੂੰ ਉਦੋਂ ਤਾਰ ਜੀ ਤੋਂ ਹਾਂ 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 ਚੰਗਾ ਮਾੜਾ ਫਿਰ ਸੋਚਿਓ ਹੈ ਠੀਕ ਹੈ ਗਾਹਾਂ ਗੱਲ ਨਾ ਆਪਾਂ ਕਰੀਏ ਆਪਾਂ ਪਰਿਵਾਰ 'ਚ ਹੀ ਰੱਖੀਏਗਾ ਲਾਭਦੇ 'ਚ ਹੀ ਹੈਂ ਮੈਂ ਤਾਂ ਹੋਰ ਪੱਗ ਬਣੀ ਪਰ ਬੰਨੀ ਮੈਂ ਤਾਂ ਪਰਨੇ 'ਚ ਹੀ ਆ ਗਿਆ ਹੈਂ ਚੰਗਾ ਪੁੱਤ ਚੰਗਾ ਹੈਂ ਹੋਰ ਆ ਜੀ ਪੁੱਤ ਤੇ ਲੰਘਦੀ ਕਦੇ ਘਰੇ ਆਪਣੇ ਹਾਂ ਹਾਂ ਜ਼ਰੂਰ ਅੰਕਲ ਹੈਂ ਆਵੇਂਗਾ ਪੁੱਤ ਹਾਂ ਹਾਂ ਆਉਂਗੀ ਚੱਲ ਆ ਜੀ ਪੁੱਤ ਹੋਰ ਤੇਰੇ ਨਾਲ ਮੈਨੂੰ ਐ ਜੀ ਹੋ ਜੂਗਾ ਮੇਰੀ ਧੀ ਆ ਗਈ ਪੁੱਤ ਹੈਂ ਮੇਰਾ ਵੀ ਕੋਈ ਨਹੀਂ ਹੈਗਾ ਪੁੱਤ ਤੁਹਾਡੇ ਬਿਨਾਂ ਮੰਮੀ ਮੈਨੂੰ ਤਾਂ ਬਹੁਤ ਤਰਸ ਜਿਹਾ ਆਉਂਦਾ ਵਿਚਾਰੇ ਅੰਕਲ ਤੇ ਉਹ ਮੈਂ ਤਾਂ ਕਹਿੰਦੀ ਹਾਂ ਮਨ ਜਾਂ ਕੁਛ ਨਹੀਂ ਹੁੰਦਾ ਨਕਲੀ ਨਹੀਂ ਦਿਖਾਉਣਾ ਆਪਾਂ ਤਾਂ ਮੇਰੀ ਨੌਕਰੀ ਲੱਗ ਜੂਗੀ ਆਪਣਾ ਅੜਿਆ ਕੰਮ ਨਿਕਲ ਜੂਗਾ ਸਹੀ ਹੈ ਬਸ ਜਿਹੜਾ ਕੰਮ ਬਣਦਾ ਹੋਵੇ ਉਹ ਬਣਦਾ ਹੀ ਵਧੀਆ ਰਹਿੰਦਾ ਰਿਸ਼ਤੇਦਾਰ ਤਾਂ ਪਹਿਲੇ ਡੰਗਾ ਡਾਉਣ ਨੂੰ ਹੁੰਦੇ ਆ ਵਿੱਚ ਵੀ ਇਹਨਾਂ ਦਾ ਕੋਈ ਕੰਮ ਨਾ ਸਿਰੇ ਚੜ੍ਹ ਜਾਵੇ